ਮੈਂ ਬਾਈ ਦੀਆਂ ਬਹੁਤ ਮਿੰਨਤਾਂ ਕੀਤੀਆਂ, ਮੈਂ ਕਿਹਾ ਵੀਰੇ ਯਾਰ ਵੀ ਪਲੀਜ਼ ਯਾਰ ਮੇਰੀ ਜ਼ਿੰਦਗੀ ਦਾ ਸਵਾਲ ਆ, ਮੇਰੀ ਮੈਂ ਮੇਰੇ ਕੋਲ ਮਰਨ ਤੋਂ ਬਿਨਾਂ ਕੋਈ ਹੋਰ ਹੈ ਨਹੀਂ ਕਰਦਾ ਵੀ ਮੇਰੀ ਸਾਰੇ ਪਾਸੇ ਇੱਜ਼ਤ ਦਾ ਸਵਾਲ, ਕਿਉਂਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ, ਮੈਂ ਕੁਝ ਖਾਧਾ ਪੀਤਾ ਨਹੀਂ, ਹਾਂਜੀ ਬਣੇ ਸੀਗੇ ਹਾਂਜੀ ਹਾਂਜੀ ਹਾਂਜੀ, ਮਤਲਬ ਕਿ ਮੈਨੂੰ ਪੂਰਾ ਤੁਸੀਂ, ਮੈਂ ਉਸ ਰਾਤ ਇੱਕ ਦਿਨ ਪਹਿਲਾਂ ਸਾਡਾ ਸ਼ੂਟ ਸੀਗਾ ਕਿਸੇ ਦਾ ਜੋ ਕਿ ਅਸੀਂ ਕਰਦੇ ਸੀਗੇ ਉਸ ਦਿਨ, ਉਦੋਂ ਅਗਲੇ ਦਿਨ ਬਾਈ ਉਹਨਾਂ ਨਾਲ ਇਹ ਗੱਲਬਾਤ ਹੋ ਗਈ, ਉਹ ਦਿਨ ਮੈਂ ਮਤਲਬ ਦੋ ਦਿਨ ਲਗਾਤਾਰ ਨਹੀਂ ਸੁੱਤਾ ਅਤੇ ਉਦੋਂ ਮੈਂ ਕੁਝ ਖਾਧਾ ਪੀਤਾ ਵੀ ਨਹੀਂ, ਉਦੋਂ ਅਗਲੇ ਦਿਨ ਰਾਤ ਨੂੰ ਜਾ ਕੇ ਜਦ ਮੇਰੀ ਬਾਈ ਨਾਲ ਗੱਲ ਹੋਈ ਤਾਂ ਮੈਨੂੰ, ਮੈਂ ਬਾਈ ਦੀਆਂ ਬਹੁਤ ਮਿੰਨਤਾਂ ਕੀਤੀਆਂ, ਮੈਂ ਕਿਹਾ ਵੀਰੇ ਯਾਰ ਵੀ ਪਲੀਜ਼ ਯਾਰ ਮੇਰੀ ਜ਼ਿੰਦਗੀ ਦਾ ਸਵਾਲ ਆ, ਮੇਰੀ ਮੈਂ ਮੇਰੇ ਕੋਲ ਮਰਨ ਤੋਂ ਬਿਨਾਂ ਕੋਈ ਹੋਰ ਹੈ ਨਹੀਂ ਕਰਦਾ ਵੀ ਮੇਰੀ ਸਾਰੇ ਪਾਸੇ ਇੱਜ਼ਤ ਦਾ ਸਵਾਲ, ਕਿਉਂਕਿ 8-9 ਮਹੀਨੇ ਦਾ ਗੈਪ ਬਹੁਤ ਵੱਡਾ, ਹਾਂਜੀ ਹਾਂਜੀ ਹਾਂਜੀ, ਤਾਂ ਬਾਈ ਦਾ ਕੋਈ ਹੋਰ ਗਾਣਾ, ਤੁਸੀਂ ਕੋਈ ਹੋਰ ਗਾਣਾ ਵੀ ਨਹੀਂ, 5 ਘੰਟੇ ਮੈਂ 5 ਘੰਟੇ ਰੈਡੀ ਪਏ ਸੀ ਉਮੀਦ ਤੇ, ਮਤਲਬ ਵੀ ਹਾਂ ਕਰਨ ਜੀ ਨਾਲ ਤੁਹਾਡਾ ਗਾਣਾ ਆਏਗਾ, ਹਾਂਜੀ ਹਾਂਜੀ ਬੈਠੇ ਉਸ ਸੀਨ ਤੇ ਅਸੀਂ ਰਹਿ ਵੀ ਸਾਡੇ, ਚਲੋ ਬਾਈ ਨਾਲ ਗਾਣਾ ਆਊਗਾ ਤੇ ਮੈਂ ਬਾਈ ਦੀ ਗੱਲ ਲਾ ਕੇ ਮਤਲਬ ਕਿ ਰੋ ਪਿਆ ਮੈਂ ਪੂਰਾ ਜ਼ਿਆਦਾ ਵੀ ਬਾਈ ਯਾਰ ਹੁਣ ਮੇਰੀ, ਮੈਂ ਕਿਹਾ ਮੇਰਾ ਕੀ ਬਣੂਗਾ ਯਾਰ, ਮੇਰੀ ਚਾਰੇ ਪਾਸੇ ਮਤਲਬ ਕਿ ਬੇਇੱਜ਼ਤੀ ਹੋ ਗਈ ਮੇਰੇ ਤੇ ਬਾਈ ਨੂੰ, ਮੈਂ ਕਿਹਾ ਯਾਰ ਵੀ ਮੇਰੇ ਕੋਲ ਹੋਰ ਕੋਈ ਰਾਹ ਨਹੀਂ ਹੈਗਾ, ਮੈਂ ਮਰਨ ਲੱਗਿਆ ਹੈਗਾ, ਤਾਂ ਜੋ ਕੁਛ ਵੀ ਹੁੰਦਾ ਜਿਵੇਂ ਵੀ ਹੁੰਦਾ ਬਾਈ ਤੂੰ ਆਪਾਂ ਆਪਦਾ ਆਪੇ ਸੰਭਾਲ ਲਾ, ਮੇਰੇ ਜਿਹੜੇ ਗਾਣੇ ਆ ਜੋ ਵੀ ਆ ਲਿਰੀਕਲ ਕਰਨੇ ਆ ਜੋ ਵੀ ਕਰ ਵੀ ਤੂੰ ਆਪੇ ਕਰਕੇ ਜੋ ਕਰਨਾ ਕਰ ਲਾ, ਮੇਰੇ ਤੋਂ ਇੱਦੋਂ ਵੱਧ ਮਤਲਬ ਕਿ ਹੋਰ ਨਹੀਂ ਰਿਹਾ ਹੁੰਦਾ, ਮੈਂ ਮਰਨ ਲੱਗਾ। ਇੰਨੀ ਗੱਲ ਬਾਈ ਉਹਨਾਂ ਨੇ ਪੜ੍ਹੀ ਨਹੀਂ ਤਾਂ ਮੈਨੂੰ ਨਾਲ ਦੀ ਨਾਲ ਮਤਲਬ ਕਿ ਫੋਨ ਕਾਲਾਂ ਸਾਰਾ ਕੁਛ ਮੈਨੂੰ ਲੱਭਣ ਵਾਲਾ ਕੰਮ ਵੀ ਕਿੱਥੇ ਗਿਆ, ਤੁਸੀਂ ਹੈ ਕਿੱਥੇ, ਮੈਂ ਉਦੋਂ ਅਸੀਂ ਬਰੂ ਮਾਸਟਰ ਗਏ ਸੀਗੇ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹੋਸਟ ਮੋਹਿਤ ਤੇ ਜੋ ਗੱਲ ਦਿਲੋਂ ਕਰਦਾ ਤੇ ਬਾਕੀ ਟੁੱਟਦੇ ਛੱਡਦਾ। ਆਹ ਸਾਡੇ ਨਵ ਗੈਸਟ ਮੌਜੂਦ ਨੇ ਜਿਨ੍ਹਾਂ ਦੇ ਕਹਿ ਲਓ ਕਿ ਸੋਸ਼ਲ ਮੀਡੀਆ ਤੇ ਯੂਟਿਊਬ ਤੇ ਆਪਾਂ ਕਾਫੀ ਗਾਣੇ ਸੁਣਦੇ ਨੇ, ਮਨੀ ਸੰਧੂ ਵੀਰਾ, ਮਨੀ ਵੀਰਾ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੋਹਿਤ ਭਾਈ, ਤੇ ਸਭ ਤੋਂ ਵੱਡੀ ਗੱਲ ਆ ਸਾਡੇ ਨਾਲ ਇੱਕ ਹੋਰ ਗਰਮ ਮੁੱਦੇ ਦੇ ਵਿੱਚ ਸ਼ਾਮਿਲ ਹੋਏ ਨੇ ਐਂਕਰ ਤੇ ਜਿਨ੍ਹਾਂ ਦਾ ਨਾਮ ਹੈ ਐਮੀ ਐਮੀ ਵੀਰ, ਸਭ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਹੁਤ, ਕਹਿੰਦੇ ਬਹੁਤ ਖੁਸ਼ ਰਹਿੰਦਾ ਹਾਂ ਮੈਂ ਅੱਜ ਕੱਲ੍ਹ, ਬਹੁਤ ਖੁਸ਼ ਰਹਿੰਦਾ ਹਾਂ ਮੈਂ ਅੱਜ ਕੱਲ੍ਹ, ਕਿਉਂਕਿ ਹੁਣ ਉਮੀਦ ਮੈਂ 11 ਤੋਂ ਨਹੀਂ ਆਪਣੇ ਆਪ ਤੋਂ ਰੱਖਦਾ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡਾ ਗਰਮਾ ਗਰਮ ਪ੍ਰੋਗਰਾਮ ਗਰਮ ਮੁੱਦਾ ਦੇ ਵਿੱਚ। ਜਿੱਦਾਂ ਕਿ ਅਸੀਂ ਅਕਸਰ ਤੁਹਾਡੇ ਸਾਹਮਣੇ ਗਰਮ ਮੁੱਦੇ ਲੈ ਕੇ ਆਉਂਦੇ, ਅੱਜ ਅਸੀਂ ਇੱਕ ਗਰਮ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜੀ। ਸਾਡੇ ਨਾਲ ਮੌਜੂਦ ਨੇ ਮਨੀ ਸੰਧੂ ਜੀ। ਸਤਿ ਸ਼੍ਰੀ ਅਕਾਲ ਮੋਹਿਤ ਬਾਈ, ਸਤਿ ਸ਼੍ਰੀ ਅਕਾਲ ਐਮੀ ਜੀ। ਸੋ ਦੇਸੀ ਤੜਕਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਸੋ ਸਾਡਾ ਇੰਟਰਵਿਊ ਕਰਨ ਆਏ। ਤੇ ਮਨੀ ਵੀਰ ਆਪਾਂ ਸ਼ੁਰੂਆਤ ਤੇ ਆਪਾਂ ਆਉਂਦੇ ਹਾਂ, ਤੇ ਐਮੀ ਜੀ ਆਪਾਂ ਸ਼ੁਰੂਆਤ ਤੇ 5 ਸਾਲ ਵਿੱਚ ਚੱਲੀਏ ਫਿਰ। ਹਾਂਜੀ, ਤੋ ਆਓ ਚੱਲਦੇ ਆਪਾਂ ਮਨੀ ਸੰਧੂ ਦੇ 5 ਸਾਲ ਪਿੱਛੇ। ਹਾਂ, ਕੀ ਬਾਤ ਹੈ ਮਨੀ ਜੀ, ਹੁਣ ਦਰਅਸਲ ਤੁਹਾਡੇ ਕਰੀਅਰ ਦੀ ਸ਼ੁਰੂਆਤ ਕਿੱਦਾਂ ਹੋਈ, ਕਿੱਦਾਂ ਬਣ ਜਿਵੇਂ ਚੰਗਿਆਰੀ ਉੱਠਦੀ ਹੁੰਦੀ ਹੈ ਨਾ ਸਿੰਗਿੰਗ ਦੀ, ਉਹ ਕਦੋਂ ਉੱਠੀ? ਉਹ ਤਾਂ ਜੀ ਮੰਨ ਲਓ ਸਾਡੇ ਵੈਸੇ ਫੈਮਿਲੀ 'ਚ ਕਿਸੇ ਨੂੰ ਹੈ ਨਹੀਂ ਇਹ ਸਭ ਚੀਜ਼ਾਂ ਦਾ ਸ਼ੌਂਕ, ਅਤੇ ਮੈਂ ਜਦੋਂ ਸਕੂਲ ਟਾਈਮ 'ਚ ਸੀਗਾ ਤਾਂ ਬਸ ਉਦੋਂ ਤੋਂ ਹੀ ਸਾਰਾ ਕੁਛ ਕਰ ਲਿਆ ਸੀਗਾ ਵੀ ਹਾਂ ਬਸ ਕੁਛ ਨਾ ਕੁਛ ਕਰਨਾ ਗਾ, ਨਾਂ ਬਣਾਉਣਾ ਗਾ ਆਪਣਾ। ਤਾਂ ਉਦੋਂ ਤੋਂ ਲੈ ਕੇ ਜਦੋਂ ਮੈਂ ਪਲੱਸ ਟੂ, ਵੈਸੇ ਮੈਂ ਪਾਸ ਨਹੀਂ ਹੋਇਆ ਸੀਗਾ, ਜਦੋਂ ਫੇਲ ਹੋਇਆ ਸੀ ਉਦੋਂ ਬਾਅਦ ਮੈਂ ਕੰਪਾਰਟਮੈਂਟ ਸੀ ਮੇਰੀ, ਤਾਂ ਉਦੋਂ ਬਾਅਦ ਮੈਂ ਮਤਲਬ ਕਿ ਚੰਡੀਗੜ੍ਹ ਆ ਗਿਆ ਸੀਗਾ ਵੀ ਹਾਂ ਹੁਣ ਆਪਾਂ ਚਲੋ ਉੱਧਰ ਨਹੀਂ ਕੁਛ ਬਣਿਆ ਤਾਂ ਆਪਾਂ ਇੱਧਰ ਹੀ ਕੁਛ ਕਰਦੇ ਨਹੀਂ ਕਰਦੇ ਨੇ ਫਿਰ ਡੰਡਾ ਨਹੀਂ ਫੇਰਿਆ ਕਰਦੇ ਨੇ, ਬਹੁਤ ਡੰਡਾ ਫੇਰਿਆ ਸੀ, ਸਪੋਰਟ ਪਹਿਲਾਂ ਸਪੋਰਟ ਵੀ ਨਹੀਂ ਸੀ ਕੀਤੀ, ਉਹ ਕਹਿੰਦੇ ਸੀ ਪੜ੍ਹ ਲਾ, ਬਟ ਮੈਂ ਕਿਹਾ ਵੀ ਯਾਰ ਮੇਰਾ ਪੜ੍ਹਾਈ 'ਚ ਦਿਲ ਨਹੀਂ ਲੱਗਦਾ, ਤੁਸੀਂ ਵੈਸੇ ਪੈਸੇ ਖਰਾਬ ਕਰਨੇ ਆਪਾਂ ਪੈਸੇ ਕਰ ਦਿੰਦੇ ਹਾਂ, ਤਾਂ ਇੰਨੀ ਗੱਲ ਤਾਂ ਸਾਰੀ ਸਮਝ ਜਾਂਦੀ ਹੁੰਦੀ ਪਿੰਡ ਵਾਲੇ, ਤੁਹਾਨੂੰ ਪਤਾ ਹੀ ਉਹ ਕਹਿੰਦੇ ਨਹੀਂ ਪੜ੍ਹਦਾ ਤਾਂ ਜਲਦੀ ਮਰਜ਼ੀ ਹੈ। ਸੋ ਦੇਖਣ ਵਾਲੀ ਗੱਲ ਆ, ਪਲੱਸ ਟੂ ਫੇਲ ਮਨੀ ਸੰਧੂ ਚੰਡੀਗੜ੍ਹ ਆ ਗਿਆ, ਅਤੇ ਉਸ ਤੋਂ ਬਾਅਦ ਸਿੰਗਿੰਗ ਦਾ ਫਿਰ ਕਦੋਂ ਸ਼ੌਂਕ ਜਾਏ, ਪਹਿਲਾ ਗਾਣਾ ਕਿਹੜਾ ਕੱਢਿਆ? ਪਹਿਲਾ ਗਾਣਾ ਮੇਰਾ 1 ਸਾਲ ਬਾਅਦ ਆਇਆ ਸੀ ਜਦੋਂ ਮੈਂ ਚੰਡੀਗੜ੍ਹ ਆਇਆ ਸੀ, ਤਾਂ ਜਸ ਰੈਕਡ ਤੋਂ ਆਇਆ ਸੀ ਮੇਰਾ ਗਾਣਾ ਜੀ ਕਦਰਾਂ, ਜੋ ਮੇਰੇ ਮਤਲਬ ਕਿ ਕਲਾਸਮੇਟ ਹੀ ਸੀਗੇ ਜਿਨ੍ਹਾਂ ਨੇ ਲਿਖਿਆ ਸੀਗਾ, ਤਾਂ ਉਦੋਂ ਬਾਅਦ ਉਹ ਗਾਣਾ ਆਇਆ ਤਾਂ ਉਹ ਮਤਲਬ ਕਿ ਕਾਫੀ ਉਹ ਚੱਲਿਆ ਸੀਗਾ ਉਹ ਸੌਂਗ ਜੀ, ਅਤੇ ਉਸ ਤੋਂ ਬਾਅਦ ਫਿਰ ਇੱਕ ਲਿਰੀਕਲ ਵੀਡੀਓ ਕੀਤੀ ਆਪਾਂ, ਉਸ ਤੋਂ ਬਾਅਦ ਫਿਰ 2 ਸੌਂਗ ਹੋਰ ਵੀਡੀਓ ਕੀਤੇ, ਅਤੇ ਇਸ ਤੋਂ ਬਾਅਦ ਇੱਕ ਸੌਂਗ ਆਇਆ, ਉਸ ਤੋਂ ਬਾਅਦ ਇੱਕ ਸੌਂਗ ਆਇਆ, ਫਿਰ ਇੱਕ ਸੌਂਗ ਦੀ 2 ਲਾਈਨਾਂ ਜੀ। ਨਾ ਹੱਸਦੀ ਏ ਨਾ ਕੁਝ ਦੱਸਦੀ ਏ ਤੂੰ ਅੜੀਏ ਨੀ ਮੁੱਕ ਚੱਲੀਏ ਹੱਦ ਮੇਰਿਆ ਸਬਰਾਂ ਦੀ ਮੈਂ ਫਿਰਾਂ ਤੋੜਦਾ ਦਿਲ ਤੇਰੇ ਲਈ ਹੋਰਾਂ ਦੇ, ਤੂੰ ਕਦਰ ਫੇਰ ਨਾ ਪਾਵੇਂ ਮੇਰੀਆਂ ਕਦਰਾਂ ਦੀ, ਮੈਂ ਫਿਰਾਂ ਤੋੜਦਾ ਦਿਲ ਤੇਰੇ ਲਈ ਹੋਰਾਂ ਦੇ, ਤੂੰ ਕਦਰ ਫੇਰ ਨਾ ਪਾਵੇਂ ਮੇਰੀਆਂ ਕਦਰਾਂ ਦੀ। ਕਿਆ ਬਾਤ ਹੈ ਐਮੀ, ਬਹੁਤ ਬਹੁਤ ਤੁਸੀਂ ਬਹੁਤ ਵਧੀਆ ਗਾਣਾ ਗਾਉਂਦੇ ਐਮੀ ਜੀ। ਮੈਂ ਕਿੱਥੇ ਗਾਉਂਦੀ ਹਾਂ ਮੋਹਿਤ, ਤੇ ਐਮੀ ਹੁਣ ਆਪਾਂ ਸ਼ੁਰੂਆਤ ਕਰੀਏ, ਇਹਨਾਂ ਦਾ ਆਪਾਂ ਨਾ ਪੋਸਟਰ ਦੇਖਿਆ ਸੀ ਐਮੀ ਜੀ, ਵੀ ਕਰਨ ਔਜਲਾ ਦੇ ਨਾਲ ਅਸੀਂ ਪੋਸਟਰ ਦੇਖਿਆ ਸੀ।
हाँ जी, वह गाने लैके काफ़ी टाइम मतलब कि एक साल हो गया मेरा कोई ट्रैक नहीं आया, तो सिर्फ आप कह सकते हैं भी वह गाने करके एक साल तो मैं इंडस्ट्री तो लड़ो तुम गैब आ गई सी। हाँ जी, तो वह गाने पिछे काफ़ी मतलब कि हो गया सी साडा चक्कर ऐसा वैसा। सो बाकी हूँ सब कुछ ठीक है, साडा गाना आ रहा जी हूँ एक हफ्ते तक शायद रिलीज़ होगा, तो झांजर गाने का नाम। हाँ जी, एक साल जो एमी ना खराब होया ना, एक साल के डाई जी जाने ਪਹਿਲਾ ਮਹੀਨਾ ਕਰਨ ਔਜਲੇ ਨਾਲ ਮਤਲਬ ਕਿੱਦਾਂ ਉੱਠ ਹੋਇਆ ਵੀ ਮਤਲਬ ਤੁਹਾਡੀ ਕੀ ਕਿੱਦਾਂ ਗੱਲਬਾਤ ਹੋਈ, ਕਿੱਦਾਂ ਵੀ ਸੋਚਿਆ ਤੁਸੀਂ, ਕੀ ਸੋਚਿਆ ਕਿ ਆਪਾਂ ਕਰਨ ਔਜਲੇ ਨਾਲ ਗਾਣਾ ਕਰਨਾ, ਕੀ ਸੋਚ ਕੇ ਤੁਸੀਂ ਇਹ ਮਤਲਬ ਕੰਸੈਪਟ ਕੀਤਾ? ਕਰਨ ਔਜਲੇ ਬਾਈ ਨਾਲ ਜੀ ਮਤਲਬ ਕਿ ਸਾਡਾ ਇੱਕ ਭਰਾ ਜੀ, ਉਹਦਾ ਮੈਂ ਨਾਂ ਨਹੀਂ ਲਊਂਗਾ, ਸੋ ਉਹ ਬਾਈ ਦਾ ਗਾਣਾ ਆਇਆ ਸੀਗਾ ਕਰਨ ਔਜਲੇ ਨਾਲ, ਜਦੋਂ ਮਤਲਬ ਕਿ ਉਹਨਾਂ ਨੇ ਗਾਣਾ ਕੀਤਾ ਤਾਂ ਉਹਨਾਂ ਦੇ ਨਾਲ ਅਸੀਂ ਬੈਠੇ ਸੀਗੇ, ਅਤੇ ਉਹਨਾਂ ਨੇ ਮੈਨੂੰ ਵੀ ਆਖਿਆ ਸੀ ਵੀ ਚਲੋ ਵੀ ਆਪਾਂ ਵੀ ਕਰਦੇ ਹਾਂ, ਵੀ ਤੂੰ ਵੀ ਕੋਈ ਗਾਣਾ ਰੈਡੀ ਕਰ ਲਾ, ਆਪਾਂ ਬਾਈ ਨਾਲ ਗਾਣਾ ਕਰਦੇ ਹਾਂ ਜੀ। ਤਾਂ ਮੈਂ ਕਿਹਾ ਵੀ ਚਲੋ ਠੀਕ ਹੈ ਬਾਈ ਆਪਾਂ ਕਰ ਲੈਂਦੇ ਹਾਂ ਰੈਡੀ। ਤਾਂ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਗਾਣਾ ਰੈਡੀ ਕੀਤਾ, ਸਾਡੇ ਆਲਰੇਡੀ ਪਹਿਲਾਂ ਦੋ ਗਾਣੇ ਰੈਡੀ ਸੀਗੇ ਜੋ ਕਿ ਅਫਸਾਨਾ ਖਾਨ ਨਾਲ ਨੇ ਰੈਡੀ ਮੇਰੇ, ਤਾਂ ਫਿਰ ਉਸ ਤੋਂ ਬਾਅਦ ਅਸੀਂ ਮਤਲਬ ਕਿ ਆਖਿਆ ਵੀ ਚਲੋ ਸੋਚਿਆ ਕਰਨ ਬਾਈ ਦਾ ਨਾਮ ਹੈ ਹੁਣ ਉਹ ਇੱਧਰ ਮਤਲਬ ਕਿ ਚੱਲ ਰਹੇ ਸੀਗੇ ਕਿਉਂਕਿ ਕਰਨ ਔਜਲੇ ਨਾਲ ਕਾਫੀ ਜਿਹੜੇ ਮੁੰਡੇ ਨਵੇਂ ਸੀਗੇ ਉਹਨਾਂ ਨੇ ਜੁਟ ਕਰਕੇ ਕਾਫੀ ਫੇਮਸ ਹੋਏ ਹਨ। ਤਾਂ ਫਿਰ ਅਸੀਂ ਉਹਨਾਂ ਨੂੰ ਗਾਣਾ ਰੈਡੀ ਕਰਕੇ ਦਿੱਤਾ, ਤਾਂ ਉਹ ਬਾਈ ਉਹਨਾਂ ਨੇ ਹੀ ਸਾਡੀ ਉੱਧਰ ਗੱਲ ਕਰਵਾਈ ਸੀ ਵੀ ਤੁਹਾਡਾ ਕਰਨ ਔਜਲੇ ਨਾਲ ਜਿਹੜਾ ਗਾਣਾ ਹੈਗਾ ਉਹ ਆਪਾਂ ਕਰਵਾ ਦਿੰਦੇ ਹਾਂ, ਅਤੇ ਉਹਦੇ ਨਾਲ ਫਿਰ ਕਾਫੀ ਸਿਲਸਿਲਾ ਲੰਬਾ ਚੱਲਿਆ। ਇਹ ਗੱਲ ਅਗਸਤ ਦੀ ਹੈ ਜਦੋਂ ਬਾਈ ਹੁਣਾਂ ਨਾਲ ਆਪਾਂ ਗੱਲ ਕੀਤੀ ਸੀ, ਅਤੇ ਅਗਸਤ ਤੋਂ ਬਾਅਦ ਤੁਸੀਂ ਲਾ ਲਓ ਜੀ ਅੱਜ ਕੁੱਲ ਮਿਲਾ ਕੇ ਨੌ ਦਸ ਮਹੀਨੇ ਹੋ ਚੁੱਕੇ ਆ। ਸੋ ਉਹ ਪੂਰਾ ਸਾਲ ਉਸ ਚੀਜ਼ 'ਚ ਹੀ ਲੰਘ ਗਿਆ ਜੀ, ਮਤਲਬ ਕਿ ਥੋੜ੍ਹੀਆਂ ਬਹੁਤ ਪ੍ਰੋਬਲਮ ਜਿੰਨੀਆਂ ਵੀ ਹੋਈਆਂ ਉਹ ਸਭ ਉਹ ਸਾਲ 'ਚ ਹੀ ਲੰਘ ਗਈਆਂ। ਅਤੇ ਫਿਰ ਪ੍ਰੋਬਲਮਸ ਕਿਹੜੀਆਂ ਕਿਹੜੀਆਂ ਆਈਆਂ ਅਤੇ ਕਿੰਨਾ ਕੁ ਮਤਲਬ ਤੁਹਾਨੂੰ ਸਟਰਗਲ ਕਰਨੀ ਪਈ, ਕਿੰਨੇ ਕੁ ਤੁਸੀਂ ਇਮੋਸ਼ਨਲ ਹੋਏ, ਕੀ ਗੱਲਬਾਤ ਵਾਰਦਾਤ ਹੋਈ ਕੀ ਸੀ? ਵਾਰਦਾਤ ਕੁਛ ਇੱਦਾਂ ਸੀ ਵੀ ਆਪਾਂ ਅਗਸਤ ਦੀ ਗੱਲ ਕਰੀਏ, ਅਗਸਤ 'ਚ ਅਸੀਂ ਪਹਿਲੀ ਵਾਰ ਬਾਈ ਉਹਨਾਂ ਨਾਲ ਗੱਲ ਕੀਤੀ ਸੀ, ਮੈਂ ਅਗਸਤ 'ਚ ਬਾਈ ਉਹਨਾਂ ਨਾਲ ਗੱਲ ਕੀਤੀ ਵੀ ਬਾਈ ਆਪਾਂ ਗਾਣਾ ਕਰਦੇ ਹਾਂ। ਸੋ ਅਸੀਂ ਗਾਣਾ ਰੈਡੀ ਕਰਕੇ ਬਾਈ ਉਹਨਾਂ ਨੂੰ ਦਿੱਤਾ, ਤਾਂ ਸਾਡਾ ਗਾਣਾ ਜਦੋਂ ਬਾਈ ਉਹਨਾਂ ਕੋਲ ਪਹੁੰਚਿਆ, ਉਹਨਾਂ ਨੇ ਪਹੁੰਚਾਇਆ ਬਾਈ ਉਹਨਾਂ ਨੇ, ਤਾਂ ਉਹ ਕਹਿੰਦੇ ਵੀ ਆਪਾਂ ਤੁਹਾਡਾ ਗਾਣਾ ਚਲੋ ਤੁਹਾਡਾ ਭਰਾ ਗਾ, ਵੈਸੇ ਉਦੋਂ ਕਹਿੰਦੇ ਸੀ ਅਸੀਂ ਨਵੇਂ ਮੁੰਡਿਆਂ ਦਾ ਕੰਮ ਨਹੀਂ ਫੜ ਰਹੇ, ਤਾਂ ਨਵੇਂ ਮੁੰਡਿਆਂ ਨਾਲ ਗਾਣਾ ਅਸੀਂ ਕਰਦੇ ਨਹੀਂ। ਤਾਂ ਬਾਈ ਕਹਿੰਦਾ ਵੀ ਚਲੋ ਮੇਰਾ ਭਾਈ ਹੈ ਇਹ, ਵੀ ਤੁਸੀਂ ਮੇਰੇ ਕਰਕੇ ਗਾਣਾ ਕਰ ਦਿਓ। ਤਾਂ ਵੀਰਾ ਕਹਿੰਦਾ ਵੀ ਚਲੋ ਕੋਈ ਨਹੀਂ ਮੈਂ ਕਰ ਦਿੰਦਾ ਗਾ, ਵੀ ਆਪਾਂ ਕਰ ਲੈਣ ਗਾਣਾ ਕਰ ਦਿੰਦੇ ਹਾਂ ਜੀ। ਅਤੇ ਫਿਰ ਸਾਰਾ ਕੁਛ ਵਧੀਆ ਸੀ, ਅਸੀਂ ਗਾਣਾ ਰੈਡੀ ਕਰਕੇ ਭੇਜਿਆ, ਤਾਂ ਉਸ ਤੋਂ ਬਾਅਦ ਉਹ ਕਹਿੰਦੇ ਵੀ ਚਲੋ ਆਪਾਂ ਪੇਮੈਂਟ ਪਾ ਦਈਏ ਥੋੜ੍ਹੀ ਬਹੁਤ, ਹਾਫ ਪੇਮੈਂਟ। ਹਾਂਜੀ, ਅਤੇ ਆਪਾਂ ਫਿਰ ਉਹ ਹਾਫ ਪੇਮੈਂਟ ਪਾ ਦਈ, ਤਾਂ ਉਹ ਮਤਲਬ ਕਿ ਕੁੱਲ ਇੱਕ ਮਹੀਨੇ ਦਾ ਸਿਲਸਿਲਾ ਸੀ, ਜਦੋਂ ਆਪਾਂ ਹਾਫ ਪੇਮੈਂਟ ਪਾ ਦਿੱਤੀ, ਤਾਂ ਉਸ ਤੋਂ ਬਾਅਦ ਆਪਾਂ ਬਾਈ ਉਹਨਾਂ ਨੂੰ ਕਾਲ ਕਰੀਏ ਵੀ ਬਾਈ ਕਦੋਂ ਤੁਸੀਂ ਮਤਲਬ ਅਗਸਤ ਦੇ ਵਿੱਚ ਤੁਹਾਡੀ ਗੱਲਬਾਤ ਹੋਈ, ਇਸ ਤੋਂ ਬਾਅਦ ਕਦੋਂ ਤੁਸੀਂ ਪੇਮੈਂਟ ਕਦੋਂ ਪਾਈ ਸੀ, ਕਿੰਨਾ ਦਿਨਾਂ ਦੌਰਾਨ ਤੁਸੀਂ ਮਤਲਬ ਗਾਣਾ ਭੇਜ ਦਿੱਤਾ ਸੀ ਉਹਨਾਂ ਨੂੰ? ਅਗਸਤ 'ਚ ਹੀ ਆਪਾਂ ਕਰਤਾ ਸੀ ਸਾਰਾ ਕੁਛ, ਪੇਮੈਂਟ ਵਾਲਾ ਸਿਸਟਮ ਅਗਸਤ 'ਚ ਹੀ ਕਰਤਾ ਸੀ। ਹਾਂਜੀ, ਹਾਂਜੀ, ਹਾਂਜੀ। ਅਤੇ ਉਦੋਂ ਬਾਅਦ ਮੰਨ ਲਓ ਬਾਈ ਹੁਣਾਂ ਨਾਲ ਆਪਾਂ ਗੱਲ ਕਰਦੇ ਸੀ ਕਾਲ 'ਤੇ ਵੀ ਬਾਈ ਵੋਇਸ ਨੋਟ 'ਤੇ ਗੱਲ ਕਰਦੇ ਸੀ ਵੀ ਬਾਈ ਉਹ ਮੁੰਡੇ ਦਾ ਮਤਲਬ ਕਿ ਆਪਣਾ ਰੈਪ ਭੇਜ ਦਿਉ, ਤਾਂ ਬਾਈ ਹੁਣੀ ਕਹਿੰਦੇ ਸੀ ਵੀਰੇ ਆਪਾਂ ਭੇਜਦੇ ਹਾਂ, ਅਸੀਂ ਸ਼ੂਟ 'ਚ ਬਿਜ਼ੀ ਹਾਂ, ਜਾਂ ਮੰਨ ਲਓ ਕੋਈ ਵੀ ਜਿੱਦਾਂ ਵੀ ਕੋਈ ਕੰਮ ਕਾਰ ਹੁੰਦਾ ਹੈਗਾ ਜੋ ਵੀ ਬੰਦਾ ਬਿਜ਼ੀ ਆ, ਤਾਂ ਉਹ ਬਾਈ ਹੁਣੀ ਇੱਦਾਂ ਕਹਿੰਦੇ ਚਲੋ ਮਹੀਨਾ ਲੰਘ ਗਿਆ ਬਾਈ, ਦੋ ਮਹੀਨੇ ਲੰਘ ਗਏ, ਤਿੰਨ ਮਹੀਨੇ ਲੰਘ ਗਏ ਇਸ ਚੀਜ਼ ਨੂੰ। ਅਤੇ ਆ ਬਾਈ ਫਿਰ ਦੂਜੇ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਸੀ ਉਹ ਕਹਿੰਦੇ ਚਲੋ ਆਪਾਂ ਪੂਰੀ ਪੇਮੈਂਟ ਤਾਂ ਕਰ ਦਿੰਦੇ ਹਾਂ, ਤਾਂ ਅਸੀਂ ਪੂਰੀ ਪੇਮੈਂਟ ਵੀ ਕੀਤੀ, ਤਾਂ ਵੀ ਜਿੰਨੀ ਸਾਡੀ ਗੱਲਬਾਤ ਹੋਈ ਸੀਗੀ ਉਹ ਅਸੀਂ ਪੂਰੀ ਪੇਮੈਂਟ ਕਰਤੀ। ਤਾਂ ਉਸ ਤੋਂ ਬਾਅਦ ਫਿਰ ਨਵੰਬਰ, ਇਹ ਗਾਣਾ ਪਹਿਲਾਂ ਅਸੀਂ ਸਾਡੇ ਮਤਲਬ ਕਿ ਮੇਰੇ ਬਰਥਡੇ 'ਤੇ ਰਿਲੀਜ਼ ਕਰਨਾ ਸੀ 19 ਨਵੰਬਰ ਨੂੰ, ਤਾਂ ਕਾਫੀ ਪ੍ਰੋਬਲਮਸ ਹੋਈਆਂ ਬਾਈ ਹੁਣਾਂ ਦਾ ਮਤਲਬ ਕਿ ਜੋ ਕਹਿੰਦੇ ਸੀ ਅਸੀਂ ਭੇਜਦੇ ਹਾਂ ਹੁਣ ਕਰ ਰਹੇ ਹਾਂ ਉਸ ਚੀਜ਼ ਕਰਕੇ ਸਾਡੇ ਨਾਲ ਕੰਪਨੀ, ਅਸੀਂ ਕੰਪਨੀ ਕੋਲ ਇੱਕ ਕੋਲ ਗਏ ਸੀ, ਮੇਰੇ 4 ਗਾਣੇ ਆਲਰੇਡੀ ਡਨ ਸੀਗੇ, ਰੈਡੀ ਕਰ ਲਏ ਸੀਗੇ ਅਸੀਂ, ਬਟ ਕਰਨ ਵਾਲਾ ਗਾਣਾ ਅਸੀਂ ਜੋ ਸੀਗਾ ਬਾਅਦ 'ਚ ਰੈਡੀ ਕੀਤਾ ਹੈਗਾ ਵੀ ਪਹਿਲਾਂ ਇਹ ਰਿਲੀਜ਼ ਕਰਾਂਗੇ। ਤਾਂ ਕੰਪਨੀ ਕਹਿੰਦੀ ਵੀ ਸਾਡੇ ਵੱਲੋਂ ਤੁਹਾਨੂੰ 5 ਗਾਣਿਆਂ ਦੀ ਡੀਲ ਆ, ਇੱਕ ਗਾਣਾ ਜੋ ਕਰਨ ਵਾਲਾ ਉਹ ਅਸੀਂ ਪਹਿਲਾਂ ਕਰਾਂਗੇ ਜੀ, ਇਹ ਸਾਡੀ ਸ਼ਰਤ ਆ ਜੀ। ਤਾਂ ਇਹ ਗੱਲ ਹੋਈ ਸੀ ਸਾਡੀ ਆਈ ਥਿੰਕ ਅਕਤੂਬਰ 'ਚ ਕੰਪਨੀ ਨਾਲ, ਤਾਂ ਉਹ ਕਹਿੰਦੇ ਸੀ ਵੀ ਹਾਂ ਤੁਸੀਂ ਕਰ ਲਓ, ਆਪਾਂ ਨਵੰਬਰ 'ਚ ਹੀ ਗਾਣਾ ਇਹ ਰਿਲੀਜ਼ ਕਰ ਦਾਂਗੇ ਤੁਹਾਡੇ ਬਰਥਡੇ 'ਤੇ। ਤਾਂ ਸਭ ਕੁਛ ਹੁੰਦੇ ਹੁੰਦੇ ਗੱਲਬਾਤ ਹੋਈ ਕਿ ਬਾਈ ਉਹਨਾਂ ਨਾਲ ਬਰਥਡੇ ਵੀ ਲੰਘਿਆ, ਸਭ ਕੁਛ ਹੋਇਆ, ਕੰਪਨੀ ਵੀ ਸਾਨੂੰ ਛੱਡ ਕੇ ਕਹਿੰਦੀ ਵੀ ਚਲੋ ਹੁਣ ਬਈ ਤੁਸੀਂ ਬਹੁਤ ਲਾਰੇ ਲਾ ਰਹੇ ਹੋ ਵੀ ਹੁਣ ਨਹੀਂ ਯਾਰ ਅਸੀਂ ਕਰ ਸਕਦੇ, ਜਦੋਂ ਹੋ ਗਿਆ ਉਦੋਂ ਦੇਖ ਲਾਂਗੇ ਆਪਾਂ। ਤਾਂ ਫਿਰ ਉਹ ਨਿਰਾਸ਼ਾਜਨਕ ਜਿਹੜੀ ਹੁੰਦੀ ਆ, ਮੈਂ ਵੀ ਦਿਨੋਂ ਦਿਨ ਫਿਰ ਜਿਵੇਂ ਹੁੰਦਾ ਨਾ ਅੰਦਰ ਫੀਲ ਟੁੱਟਣ ਦੇ ਵਾਲਾ, ਉਹ ਚੀਜ਼ ਆ ਰਹੀ ਸੀ ਵੀ ਯਾਰ ਹੁਣ ਦਸੰਬਰ ਦਾ ਮਹੀਨਾ ਆ ਚੁੱਕਿਆ ਸੀਗਾ, ਕਾਫੀ ਟਾਈਮ ਹੋ ਚੁੱਕਾ ਸੀ ਉਸ ਚੀਜ਼ ਨੂੰ। ਤਾਂ ਮੈਂ ਬਾਈ ਹੁਣਾਂ ਨਾਲ ਇੱਕ ਵਾਰੀ ਗੱਲ ਕੀਤੀ, ਮੈਂ ਕਿਹਾ ਬਾਈ ਵੀ ਐਂ ਕਰਕੇ ਤੁਸੀਂ ਇੱਕ ਵਾਰੀ ਗੱਲ ਕਰੋ ਬਾਈ ਹੁਣਾਂ ਨਾਲ ਵੀ ਆਪਣਾ ਕੰਮ ਕਿਉਂ ਲੇਟ ਹੋ ਰਿਹਾ। ਤਾਂ ਬਾਈ ਉਹਨਾਂ ਨੇ ਵੋਇਸ ਨੋਟ ਭੇਜਿਆ ਬਾਈ ਐਂ ਕਰਕੇ ਯਾਰ ਉਹ ਮੁੰਡਾ ਮਤਲਬ ਕਿ ਮੇਰੇ ਕੋਲ ਰੋਜ਼ ਵਾਂਗੂ ਆਉਂਦਾ ਹੈਗਾ ਅਤੇ ਵੀ ਉਹ ਮੇਰੇ ਰੈਪ ਦਾ ਕੀ ਬਣਿਆ।
ਤਾਂ ਉਹਦਾ ਕਰਕੇ ਵੀ ਉਹ ਥੋੜ੍ਹਾ ਜਿਹਾ ਟੈਨਸ਼ਨ 'ਚ ਆ, ਉਹਦੇ ਕੰਪਨੀ ਵੀ ਸਾਥ ਛੱਡ ਗਈ ਵੀ ਉਹ ਖੁਦ ਨਹੀਂ ਇੰਨਾ ਕਰ ਸਕਦਾ, ਬਟ ਵੀ ਕੰਪਨੀ ਜਿਹੜੀ ਸਾਥ ਦੇ ਰਹੀ ਸੀ ਉਹ ਵੀ ਛੱਡ ਚੁੱਕੀ। ਮੈਂ ਰੋਕਣਾ ਚਾਹੁੰਦਾ ਵੀ ਜਿਵੇਂ ਆਪਾਂ ਨਾ ਗਾਣਾ ਮਿਊਜ਼ਿਕ ਕਰਦੇ ਕਿਉਂਕਿ ਇਹਨਾਂ ਨੂੰ ਪੇਰੈਂਟਸ ਦੀ ਸਪੋਰਟ ਨਹੀਂ ਸੀ, ਖਰਚਾ ਕਿੱਥੋਂ ਮੈਨੇਜ ਕਰਦੇ? ਮਤਲਬ ਇਕੱਲੇ ਜਾਣੇ ਤੁਹਾਨੂੰ ਕਿਸੇ ਮਤਲਬ ਬਾਹਰੋਂ ਕੋਈ ਦੋਸਤ ਕੋਈ ਮਿੱਤਰ ਕੋਈ ਜਾਂ ਫਿਰ ਘਰੋਂ ਕਿੱਦਾਂ ਸਪੋਰਟ? ਜਾਂ ਫਿਰ ਕੋਈ ਜੋਬ ਜੂਬ ਕਰਦੇ ਸੀ? ਜੋਬ ਨਹੀਂ ਸੀ, ਆਪਾਂ ਸਾਡਾ ਆਪਦਾ ਸਟੂਡੀਓ ਆ, ਤਾਂ ਅਸੀਂ ਚਾਰ ਜਾਂ ਪੰਜ ਬੰਦੇ, ਸਾਡੀ ਪੂਰੀ ਟੀਮ ਆ ਬਾਰ ਬੋਰਡ ਸਟੂਡੀਓ ਜਿਹਦਾ ਅਸੀਂ ਨਾਂ ਰੱਖਿਆ ਹੋਇਆ ਹੈਗਾ, ਅਤੇ ਅਸੀਂ ਪੰਜ ਭਾਈ ਵਿੱਚ ਮਤਲਬ ਕਿ ਦੋਸਤ ਲਾ ਲਓ ਪਰ ਭਾਈਆਂ ਨਾਲੋਂ ਵੱਧ ਕੇ, ਮਿਰਜ਼ਾ ਰੋਬਿਨ ਫਰੀਕ ਸਾਰੀ ਮਤਲਬ ਕਿ ਸਾਡੀ ਸਾਰੀ ਟੀਮ ਜੀ, ਤਾਂ ਅਸੀਂ ਸਾਰੇ ਮਤਲਬ ਇਕੱਠੇ ਕੰਮ ਕਰਦੇ ਸੀ, ਉਹਦੇ ਵਿੱਚੋਂ ਹੀ ਜਿੰਨਾ ਖਰਚਾ ਹੁੰਦਾ ਸੀ ਸਾਡਾ ਇੱਕ ਟਰੈਕ 'ਤੇ, ਮੰਨ ਲਓ ਮਿਊਜ਼ਿਕ ਸਾਡਾ ਆਪਦਾ ਹੁੰਦਾ ਸੀ, ਤਾਂ ਕੁੱਲ ਮਿਲਾ ਕੇ ਜੋ ਵੀ ਆਪਾਂ ਕਰਵਾਉਂਦੇ ਸੀ ਉਹਦੇ 'ਤੇ 80-90 ਹਜ਼ਾਰ ਰੁਪਇਆ ਇੱਕ ਗਾਣੇ ਦਾ ਖਰਚਾ ਆ ਜਾਂਦਾ ਸੀਗਾ। ਤੁਸੀਂ ਕਹਿਣ ਦਾ ਆਪਾਂ ਪੰਜ ਗਾਣੇ ਤਿਆਰ ਕਰ ਲਏ ਸੀ ਬਹੁਤ ਗੈਪ ਦੇ ਵਿੱਚ, ਹੈ ਨਾ? ਹਾਂ, ਉਹਨੇ ਗੈਪ ਦੇ ਵਿੱਚ ਆਪਾਂ, ਹਾਂਜੀ ਹਾਂਜੀ, ਆਪਣੇ ਕੰਮ 'ਤੇ, ਤਾਂ ਉਹ ਮਤਲਬ ਕਿ ਉਹਦੇ ਪਿੱਛੇ ਬੜੀ ਮਿਹਨਤ ਕਰਨੀ ਪਈ ਸਾਨੂੰ, ਦਿਨ ਰਾਤ ਜਾ ਕੇ, ਕਈ ਵਾਰ ਤਾਂ ਮਤਲਬ ਕਿ ਸਾਰੇ ਹੀ ਕਹਿੰਦੇ ਹੁੰਦੇ ਆਪਣਾ ਆਪਾਂ ਭੁੱਖੇ ਸੌਂਗੇ, ਉਹ ਕੀਤਾ, ਉਹ ਹੀ ਕੰਮ ਸਾਡੇ ਨਾਲ ਹੋਇਆ ਸੀ, ਅਸੀਂ ਸਾਡੀ ਇੱਥੋਂ ਤੱਕ ਵੀ ਗੱਲ ਸੀ ਵੀ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਰੋਟੀ ਖਾਂਦੇ ਰਹੇ, ਹਾਂਜੀ ਹਾਂਜੀ ਹਾਂਜੀ, ਅਸੀਂ ਮਤਲਬ ਗੱਦੇ ਵੀ ਨਹੀਂ ਸੀ ਸਾਡੇ ਕੋਲ, ਸਿਰਫ ਸਟੂਡੀਓ 'ਤੇ ਦੋ ਕਮਰੇ ਸੀਗੇ ਜਿੱਥੇ ਅਸੀਂ ਪੈ ਵੀ ਜਾਂਦੇ, ਮਤਲਬ ਸੌਂਦੇ ਖਾਂਦੇ ਪੀਂਦੇ ਸਭ ਕੁਛ ਉਹੀ ਸੀਗਾ ਸਾਡੇ ਲਈ। ਉਸ ਤੋਂ ਬਾਅਦ ਜਿਵੇਂ ਜਿਵੇਂ ਮਿਹਨਤ ਕੀਤੀ, ਫਿਰ ਉਸ ਤੋਂ ਬਾਅਦ ਘਰ ਲਿਆ, ਜੋ ਵੀ ਸਿਸਟਮ ਸਾਰਾ ਫਲੈਟ ਫਲੂਟ ਵਗੈਰਾ ਜੋ ਐਟ ਅ ਟਾਈਮ ਅਸੀਂ ਮਤਲਬ ਜੋ ਜੀ ਕਮਾਈ ਉਹ ਤੇ ਲਾਈ ਗਏ ਨਾ, ਹਾਂਜੀ ਹਾਂਜੀ, ਜਿੰਨਾ ਵੀ ਸੀਗਾ ਅਸੀਂ ਨਾਲ ਨਾਲ ਲਾਈ ਗਏ। ਤਾਂ ਫਿਰ ਜਦੋਂ ਬਾਈ ਹੋਣਾਂ ਨਾਲ ਸਾਡੀ ਗੱਲਬਾਤ ਹੁੰਦੀ ਰਹੀ, ਦਸੰਬਰ ਤੱਕ ਗੱਲ ਆ ਗਈ, ਬਾਈ ਹੋਣਾਂ ਨੇ ਫਿਰ ਨਹੀਂ ਕੋਈ ਉਹ ਦਿੱਤਾ ਵੀ ਸਰ ਕੰਪਨੀ ਵੀ ਸਾਥ ਛੱਡ ਗਈ, ਤਾਂ ਫਿਰ ਅਸੀਂ ਮਤਲਬ ਕਿ ਇੱਕ ਨਵੇਂ ਬੰਦੇ ਨਾਲ ਗੱਲ ਕੀਤੀ, ਮਤਲਬ ਨਵਾਂ ਬੰਦਾ ਨਹੀਂ, ਮਤਲਬ ਕਿ ਉਹ ਸਹੀ ਸਾਡਾ ਭਰਾ ਹੀ, ਬਟ ਉਹਨਾਂ ਕੋਲ ਇੱਕ ਆਰਟਿਸਟ ਬੌਂਡ ਸੀਗਾ, ਉਹ ਵੀ ਆਪਣਾ ਭਾਈ ਸੀਗਾ, ਉਹ ਨਵਾਂ ਬੌਂਡ ਹੋਇਆ ਸੀ, ਅਤੇ ਉਹ ਬਾਈ ਹੋਣੀ ਕਹਿੰਦੇ ਵੀ ਯਾਰ ਉਹਨਾਂ ਦਾ ਇੱਕ ਗਾਣਾ ਕੀਤਾ ਉਹਨਾਂ ਨੇ, ਬਾਈ ਹੋਣਾਂ ਨੇ, ਅਤੇ ਉਹ ਕਹਿੰਦੇ ਵੀ ਯਾਰ ਅਸੀਂ ਆਪਦੇ ਆਰਟਿਸਟ ਨੂੰ ਪਿੱਛੇ ਰੱਖ ਕੇ ਅਸੀਂ ਤੇਰੇ ਗਾਣੇ ਕਰਦੇ ਹਾਂ। ਉਹਨਾਂ ਨੇ ਮੇਰੇ ਕਰਕੇ ਉਹ ਬਾਈ ਨੂੰ ਹਜੇ ਤੱਕ ਰੋਕ ਕੇ ਰੱਖਿਆ ਵੀ ਉਹਦੇ ਗਾਣੇ ਵੀ ਨਹੀਂ ਕੀਤੇ, ਡਿਲੇ ਕਰਤੇ, ਮਤਲਬ ਕਿ ਵੀ ਤੇਰਾ ਕਰਨ ਵਾਲਾ ਗਾਣਾ ਆਪਾਂ ਕਰਦੇ ਹਾਂ, ਹਾਂਜੀ, ਅਤੇ ਉਦੋਂ ਬਾਅਦ ਤੇਰੇ ਬਾਕੀ ਟਰੈਕ ਕਰ ਦਾਂਗੇ। ਕਾਫੀ ਟਾਈਮ ਹੋ ਗਿਆ, ਫਿਰ ਮੈਂ ਬਾਈ ਨੂੰ ਉਹਨਾਂ ਨੂੰ ਆਖਿਆ, ਮੈਂ ਕਿਹਾ ਬਾਈ ਹੁਣ ਮੈਨੂੰ ਦੂਜੀ ਕੰਪਨੀ ਮਿਲੀ ਹੈ, ਮਸਾਂ ਯਾਰ ਵੀ ਮੇਰਾ ਹੱਲ ਕਰ ਦਿਉ, ਮੇਰੇ ਮਤਲਬ ਕਿ ਆਪਦੇ ਪੱਲੇ ਹੈ ਨਹੀਂ, ਮੈਂ ਲਾਉਣ ਜੋਗਾ ਵੀ ਇੱਕ ਗਾਣੇ 'ਤੇ ਮੈਂ 7 ਲੱਖ ਲਾ ਦਾਂ। ਅਤੇ ਫਿਰ ਤੁਸੀਂ ਮਨੀ ਸੋਰੀ ਮੈਂ ਤੁਹਾਨੂੰ ਟੋਕ ਰਹੀ ਹਾਂ ਇੱਥੇ, ਤੁਸੀਂ ਫਿਰ ਇੱਦਾਂ ਮਤਲਬ ਡਿਪਰੈਸ ਨਹੀਂ ਹੋਏ? ਮਤਲਬ ਇੰਨਾ ਟਾਈਮ ਤੁਹਾਨੂੰ ਲਾਰੇ ਲੱਗ ਰਹੇ ਆ, ਤੁਹਾਨੂੰ ਇੰਨੇ ਟਾਈਮ ਤੋਂ ਹੁਣ ਕਰਦੇ ਆ ਗਾਣਾ, ਹਾਂਜੀ ਹਾਂਜੀ, ਤੁਸੀਂ ਮਤਲਬ ਬਿਲਕੁਲ ਐਵੇਂ ਜੀ, ਮੈਂ ਤੁਹਾਨੂੰ ਰੋਕਣਾ ਚਾਹੁੰਦਾ, ਜਿਹੜੀ ਇੰਡਸਟਰੀ ਹੈ ਨਾ ਆਪਣੀ ਪੰਜਾਬੀ ਇੰਡਸਟਰੀ, ਸ਼ਾਇਦ ਤੁਸੀਂ ਨਹੀਂ ਜਾਣਦੇ, ਜਿਵੇਂ ਫੀਮੇਲਸ ਹੋ ਗਈਆਂ, ਮਾਡਲਸ ਹੋ ਗਈਆਂ, ਉਹਨਾਂ ਨੂੰ ਜਿਵੇਂ ਨਹੀਂ ਕੰਮ ਮਿਲਦਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ, ਡਿਪਰੈਸ਼ਨ ਦਾ ਸ਼ਿਕਾਰ ਨਹੀਂ ਤੇ ਕਈ ਤਾਂ ਬੜੇ ਅੱਛੇ ਨਾਮੀ ਸਿੰਗਰ ਜਿਹੜੇ ਹੈਗੇ ਆ, ਕੰਮ ਨਾ ਮਿਲਣ ਕਰਕੇ ਜਾਂ ਕਿਸੇ ਹੋਰ ਇਦਾਂ ਦੇ ਕਾਰਨ ਕਰਕੇ ਘਰ ਬੈਠੇ ਆ ਜਿਹੜੇ, ਮਤਲਬ ਇਸ ਚੀਜ਼ ਤੋਂ ਪਛੜ ਗਏ। ਇਹ ਗੱਲ ਟਾਈਮ ਟਾਈਮ ਹੀ ਹੁੰਦੀ ਹੈ, ਕਿਸੇ ਦਾ ਟਾਈਮ ਉਤਰਨਾ ਕਿਸੇ ਦਾ ਚੜ੍ਹਨਾ, ਹਨਾ? ਨਹੀਂ ਮਤਲਬ ਮੈਂ ਖੁਦ ਕਰਨ ਔਜਲਾ ਸਾਹਿਬ ਦੀ ਬਹੁਤ ਵੱਡੀ ਫੈਨ ਹੈਗੀ ਆ ਜੀ, ਹਨਾ, ਮਤਲਬ ਪਰ ਇੱਥੇ ਜੇ ਮੈਨੂੰ ਥੋੜੀ ਜਿਹੀ ਗੱਲ ਜੱਚੀ ਜਿਹੀ ਨਹੀਂ ਹੈਗੀ, ਮਤਲਬ ਕਿਸੇ ਦੇ ਜਜ਼ਬਾਤਾਂ ਨੂੰ ਲੈ ਕੇ ਲਟਕਾਈ ਰੱਖਣਾ, ਹਨਾ? 1.5 ਸਾਲ ਪਹਿਲਾਂ ਕਰਨ ਜ਼ਿਲ੍ਹੇ ਤੁਸੀਂ ਜਾਣਦੇ ਸੀ? ਨਹੀਂ ਜੀ, ਉਹਨਾਂ ਨੂੰ ਵੀ ਫੇਮ, ਜਿੱਦਾਂ ਉਹਨਾਂ ਦਾ ਗਾਣਾ ਆਇਆ ਸੀ ਜਿੰਨੀ ਛੇਤੀ ਉੱਤੇ ਉੰਨੀ ਛੇਤੀ ਥੱਲੇ, ਹਨਾ, ਉਹਨਾਂ ਦੇ ਨਾਲ ਜਿਹੜੇ ਰਣਦੀਪ ਜੰਡੂ ਦਾ ਗਾਣਾ ਆਇਆ ਸੀ, ਹਨਾ। ਸੋ ਮੈਂ ਇੱਥੇ ਮਤਲਬ ਉਹਨਾਂ ਦੇ ਲਈ ਨਹੀਂ ਇਹ ਮਤਲਬ ਕਹਿਣਾ ਚਾਹੁੰਦੀ, ਇੱਥੇ ਮਤਲਬ ਇਹ ਆ ਗਈ ਅੱਜ ਤੋਂ 1.5 ਸਾਲ ਪਹਿਲਾਂ ਉਹਨੂੰ ਕੋਈ ਨਹੀਂ ਜਾਣਦਾ ਸੀ, ਸੋ ਮਤਲਬ ਟਾਈਮ ਟਾਈਮ ਦੀ ਗੱਲ ਆ, ਟਾਈਮ ਸਭ ਦਾ ਆਉਂਦਾ, ਅੱਜ ਕਰਨ ਔਜਲਾ ਸਾਹਿਬ ਦਾ ਹੈਗਾ, ਜੇਕਰ ਕੱਲ ਨੂੰ ਇਹਨਾਂ ਦਾ ਹੋਏਗਾ ਕੱਲ ਨੂੰ ਮਨੀ ਸੰਧੂ ਦਾ ਟਾਈਮ ਹੋਏਗਾ, ਬਿਲਕੁਲ, ਪਰ ਇੰਨਾ ਜ਼ਿਆਦਾ ਕੰਮ ਔਜਲਾ ਬੀਜ਼ੀ, ਹਾਂ ਬਿਲਕੁਲ, ਨਹੀਂ ਇੰਨਾ ਜ਼ਿਆਦਾ ਬੀਜ਼ੀ ਕਰਨ ਔਜਲਾ ਇੰਨਾ ਜ਼ਿਆਦਾ ਬੀਜ਼ੀ, 4-5-8 ਮਹੀਨੇ ਦਾ ਇਹਨਾਂ ਨੂੰ ਮਤਲਬ ਲਾ, ਹੋ ਸਕਦਾ ਕੋਈ ਕਾਰਨ ਰਿਹਾ ਪਰ ਬੰਦੇ ਨੂੰ ਐਗਜ਼ੈਕਟ ਬਤਾ ਦੇਣਾ ਚਾਹੀਦਾ ਜਿਹੜਾ ਹੈਗਾ ਨਾ, ਪਰ ਲਾਰੇ ਜਿਵੇਂ ਲਾਰੇ ਵੀ ਕੱਲ ਭੇਜ ਰਹੇ, ਅੱਜ ਭੇਜਾਂਗੇ ਨਹੀਂ ਵੀਰੇ, ਉਸ ਤੋਂ ਬਾਅਦ ਕੀ ਹੋਇਆ ਸੀ ਪੋਸਟਰ ਵੀ ਤੁਸੀਂ ਦੱਸਿਆ ਸੀ ਨਾ, ਹਾਂਜੀ ਉਹ ਮੈਂ ਪੋਸਟਰ ਵੀ ਜਿਹੜਾ ਹੈਗਾ ਡੇਟ ਤੁਸੀਂ ਕਹਿੰਦੇ ਹੋ ਨਾ, ਹਾਂਜੀ ਹਾਂਜੀ, ਉਹ ਪੋਸਟਰ ਦਾ ਵੀ ਸਾਡਾ ਮਤਲਬ ਕਿ ਜੋ ਰਿਲੀਜ਼ਿੰਗ ਵਾਲਾ ਸਿਸਟਮ ਉਹ ਵੀ ਮੈਂ ਤੁਹਾਨੂੰ ਦੱਸ ਦਾਂਗੇ ਅਸੀਂ ਇੰਟਰਵਿਊ 'ਚ, ਵੀ ਜਿੱਦਾਂ ਹੁਣ ਬਾਈ ਹੁਣਾਂ ਨਾਲ ਸਾਡੀ ਦਸੰਬਰ 'ਚ ਗੱਲ ਹੋਈ ਸੀ ਤਾਂ ਉਦੋਂ ਬਾਅਦ ਦਸੰਬਰ ਵੀ ਲੰਘ ਗਿਆ, ਤਾਂ ਜਨਵਰੀ 'ਚ ਜਾ ਕੇ ਮੈਨੂੰ ਥੋੜ੍ਹੀ ਜਿਹੀ ਟੈਨਸ਼ਨ ਪੈ ਗਈ ਸੀ, ਮੈਂ ਕਿਹਾ ਵੀ ਜੇ ਇਹ ਬਾਈ ਹੋਣੀ ਵੀ ਹੁਣ ਚਲੇ ਗਏ ਤਾਂ ਮਤਲਬ ਕਿ ਮੈਂ ਇਸ ਤੋਂ ਬਾਅਦ ਹੋਣਾ ਨਹੀਂ ਕੁਛ, ਵੀ ਜਨਵਰੀ 'ਚ ਜਾ ਕੇ ਮੈਂ ਬਾਈ ਹੋਣਾਂ ਨਾਲ ਗੱਲ ਕੀਤੀ, ਮੈਂ ਕਿਹਾ ਬਾਈ ਇੱਕ ਪਾਸਾ ਕਰੋ ਯਾਰ, ਵੀ ਮੈਨੂੰ ਦੱਸੋ ਵੀ ਹਾਂ ਜਾਂ ਨਾ ਵੀ ਆਪਾਂ ਕਰੀਏ ਜਾਂ ਨਾ, ਵੀ ਹੁਣ ਤਾਂ ਆਪਾਂ ਸਾਰੀ ਪੇਮੈਂਟ ਵੀ ਮਤਲਬ ਕਿ ਜੇ ਕੋਈ ਪ੍ਰੋਬਲਮ ਆ ਤਾਂ ਵੀ ਦੱਸੋ, ਮਤਲਬ ਕਿ ਮੈਂ ਬੜੀ ਟੈਨਸ਼ਨ 'ਚ ਬਾਈ ਕੋਲੇ ਗਿਆ ਸੀਗਾ, ਅਤੇ ਹਾਂਜੀ ਹਾਂਜੀ, ਅਤੇ ਬਾਈ ਕਹਿੰਦਾ ਵੀ ਚਲੋ ਤੂੰ ਜਾ ਮੈਂ ਗੱਲ ਕਰਦਾ ਗਾ, ਤਾਂ ਬਾਈ ਉਹਨਾਂ ਨੇ ਉਹਨਾਂ ਨੇ ਗੱਲ ਕੀਤੀ ਜਨਵਰੀ 'ਚ, ਆਈ ਥਿੰਕ ਗੱਲ ਕੀਤੀ ਸੀ, ਤਾਂ ਉਦੋਂ ਬਾਅਦ ਉਹ ਕਹਿੰਦੇ ਵੀ ਅਸੀਂ ਇੰਡੀਆ ਆਵਾਂਗੇ ਫਰਵਰੀ 15 ਨੂੰ, ਪਹਿਲਾਂ ਉਹਨਾਂ ਦੀ ਫਰਵਰੀ 15 ਦਾ ਟੂਰ ਸੀਗਾ ਇੰਡੀਆ ਦਾ ਸ਼ਾਇਦ, ਤਾਂ ਜਿੰਨੀ ਕੁ ਗੱਲ ਪਤਾ ਲੱਗੀ ਸੀ ਕਿਉਂਕਿ ਮੈਂ ਡਾਇਰੈਕਟ ਨਹੀਂ ਸੀ ਗੱਲ ਕਰਦਾ, ਸੋ ਫਿਰ ਉਹ
ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਤਾਂ ਕੌਣ ਆਪਦੇ ਧੀ ਪੁੱਤ ਨੂੰ ਇਕੱਲਾ ਛੱਡਦਾ ਜੀ, ਉਹਨਾਂ ਨੇ ਮੈਨੂੰ ਉਹਦੀ ਘਰੇ ਬੁਲਾ ਲੈਣਾ ਸੀਗਾ ਇਸ ਚੀਜ਼ ਬਾਰੇ ਕਰਕੇ ਗੱਲ ਜੋ ਵੀ ਹੋਈ ਸੀਗੀ। ਤਾਂ ਫਿਰ ਉਹ ਤੋਂ ਬਾਅਦ ਗੱਲ ਹੋਈ ਤਾਂ ਉਹ ਬਾਈ ਨੇ ਅੱਕ ਕੇ, ਮਤਲਬ ਕਿ ਉਹ ਵੀ ਬਾਈ ਅੱਕ ਚੁੱਕਿਆ ਸੀ ਇੰਨਾ ਕੁ ਵੀ ਯਾਰ ਬਾਈ ਮੇਰੇ ਕੋਲ ਰੋਜ਼ ਰੋਜ਼ ਆਉਂਦਾ, ਮੈਂ ਇਹਨੂੰ ਭਰਾ ਕਿਹਾ ਹੈਗਾ ਅਤੇ ਮੈਂ ਇਹਦਾ ਕੰਮ ਨਹੀਂ ਕਰਕੇ ਦੇ ਰਿਹਾ ਯਾਰ, ਵੀ ਮੇਰੇ ਕਰਕੇ ਇਹ ਡਿਪਰੈਸ਼ਨ 'ਚ ਜਾ ਰਿਹਾ ਹੈਗਾ, ਕੱਲ੍ਹ ਨੂੰ ਇਹ ਕੁਛ ਗਲਤ ਨਾ ਕਰ ਲਏ ਤਾਂ ਮੈਂ ਕਿੱਥੋਂ ਭਰੂੰਗਾ ਉਹ ਚੀਜ਼ ਨੂੰ। ਸਹੀ ਹੈ। ਤਾਂ ਉਹ ਫਿਰ ਬਾਈ ਨੇ ਵੀ ਅੱਕ ਕੇ ਬਾਈ ਉਹਨਾਂ ਨਾਲ ਗੱਲ ਕੀਤੀ ਵੀ ਬਾਈ ਯਾਰ ਐਂ ਕਰਕੇ ਉਹ ਮੁੰਡੇ ਦਾ ਔਖਾ ਹੋਇਆ ਪਿਆ ਬਹੁਤ ਜ਼ਿਆਦਾ, ਵੀ ਤੁਸੀਂ ਕੋਈ ਹੱਲ ਕਰੋ। ਤਾਂ ਐਗਜੈਕਟ ਉਸੇ ਦਿਨ ਕਰਨ ਦਾ ਮੈਸੇਜ ਆਇਆ ਵੀ, ਰਿਹਾਨ ਦਾ ਮੈਸੇਜ ਆਇਆ ਸੋਰੀ, ਵੀ ਸੋਰੀ ਅਸੀਂ ਕਰ ਦਿੰਦੇ ਹਾਂ ਯਾਰ ਆਪਣਾ, ਵੀ ਥੋੜ੍ਹਾ ਜਿਹਾ ਵੀਰੇ ਦੀ ਕੋਈ ਇੰਗੇਜਮੈਂਟ ਸੀ ਜਾਂ ਮੈਰਿਜ ਸੀ ਮੈਨੂੰ ਇਹ ਨਹੀਂ ਪਤਾ, ਵੀ ਥੋੜ੍ਹਾ ਜਿਹਾ ਉਹਦਾ ਕਰਕੇ ਬਿਜ਼ੀ ਆ, ਆਪਾਂ ਦੋ ਦਿਨ ਆਪਾਂ ਕਰ ਦਿੰਦੇ ਹਾਂ। ਪਿੱਛੇ ਕਰਨ ਮਤਲਬ ਬਾਈ ਬੋਲ ਰਿਹਾ ਹੈਗਾ ਕਿ ਸੋਰੀ ਬਾਈ ਆਪਾਂ ਕੋਈ ਨਹੀਂ ਕਰਦੇ ਹਾਂ ਯਾਰ, ਟੈਨਸ਼ਨ ਨਾ ਲੈ ਤੂੰ, ਆਪਾਂ ਭੇਜ ਦਿੰਦੇ ਹਾਂ। ਹਾਂਜੀ ਹਾਂਜੀ। ਤਾਂ ਦੋ ਦਿਨ ਵੀ ਲੰਘੇ ਜੀ, ਫਿਰ ਮਤਲਬ ਕਿ ਪੰਜ ਦਿਨ ਲੰਘੇ, ਦਸ ਦਿਨ ਲੰਘੇ, ਮੈਂ ਫਿਰ ਬਾਈ ਕੋਲ ਗਿਆ, ਮੈਂ ਕਿਹਾ ਬਾਈ ਹੁਣ ਦੋ ਦੀ ਬਜਾਏ ਦਸ ਦਿਨ ਹੋ ਚੁੱਕੇ ਆ, ਵੀ ਤੁਸੀਂ ਕੋਈ ਹੱਲ ਕਰੋ ਯਾਰ। ਤਾਂ ਬਾਈ ਨੇ ਫਿਰ ਉਹਨਾਂ ਨੂੰ ਸ਼ਾਇਦ ਕੋਈ ਗੱਲਬਾਤ ਹੋਈ ਹੋਣੀ ਆ ਕੇ ਹੋਣਾ ਨੇ, ਜਿੱਦਾਂ ਵੀ ਲਾਇਆ ਬਾਈ ਮੇਰੀ ਬੇਇੱਜ਼ਤੀ ਹੋ ਰਹੀ ਹੈ ਜਾਂ ਕੁਛ ਵੀ ਆ ਯਾਰ, ਤਾਂ ਬਾਈ ਦਾ ਉਹਨਾਂ ਦੀ ਕੋਈ ਅਣਬਣ ਹੋ ਗਈ। ਹਾਂਜੀ। ਤਾਂ ਉਹ ਬਾਈ ਹੁਣੀ ਆਪਸ 'ਚ ਲੜ ਪਏ ਕਿਸੇ ਵਜ੍ਹਾ ਕਾਰਨ, ਅਤੇ ਬਾਈ ਦਾ ਮੈਨੂੰ ਫੋਨ ਆਇਆ ਜਿਹਨੇ ਜੋ ਸਾਡੀ ਗੱਲ ਕਰਵਾ ਰਹੇ ਸੀ, ਕਹਿੰਦੇ ਵੀ ਯਾਰ ਮਨੀ ਸੋਰੀ ਵੀ ਤੂੰ ਆਪਣੇ ਪੈਸੇ ਲੈ ਜੀ ਬਾਈ ਹੁਣਾਂ ਤੋਂ, ਵੀ ਮੇਰੀ ਉਹਨਾਂ ਨਾਲ ਅਣਬਣ ਹੋ ਗਈ। ਅਤੇ ਮੈਂ ਮਤਲਬ ਕਿ ਇੱਕਦਮ ਜਿੱਦਾਂ ਵੀ ਯਾਰ ਇਹ ਕੀ ਹੋ ਗਿਆ ਸੀ, ਹਾਂ ਸਾਰੀ ਮਤਲਬ ਕਿ ਇੰਡਸਟਰੀ 'ਚ ਗੱਲ ਉਦੋਂ ਫੈਲ ਚੁੱਕੀ ਸੀ, ਜਿਹੜੇ ਜਿਹੜੇ ਸਾਨੂੰ ਜਾਣਦੇ ਸੀ ਕਾਫੀ ਵੱਡੇ ਸਿੰਗਰ ਵੀ ਉਹਨਾਂ ਤੱਕ ਵੀ ਗੱਲ ਪਹੁੰਚ ਚੁੱਕੀ ਸੀ ਵੀ ਹਾਂ ਬਈ ਬਾਈ ਦਾ ਗਾਣਾ ਆ ਰਿਹਾ ਹੈਗਾ। ਤਾਂ ਉਹਦਾ ਕਰਕੇ ਫਿਰ ਮੈਂ ਥੋੜ੍ਹਾ ਜਿਹਾ ਹੋ ਗਿਆ ਯਾਰ ਵੀ ਇਹ ਤਾਂ ਗਲਤ ਗੱਲ ਹੋ ਗਈ ਬਹੁਤ ਜ਼ਿਆਦਾ। ਤਾਂ ਫਿਰ ਉਸ ਤੋਂ ਬਾਅਦ ਜਦੋਂ ਬਾਈ ਹੁਣਾਂ ਨੂੰ ਮੈਂ ਕਿਹਾ ਵੀ ਚਲੋ ਬਾਈ ਮੈਨੂੰ ਤੁਸੀਂ ਨੰਬਰ ਦਿਓ, ਮੈਂ ਬਾਈ ਹੁਣਾਂ ਨਾਲ ਗੱਲ ਕਰ ਲਾਂ ਇਹਨਾਂ ਦਾ। ਤਾਂ ਬਾਈ ਹੁਣਾਂ ਨੇ ਮੈਨੂੰ ਨੰਬਰ ਦਿੱਤਾ, ਬਾਈ ਹੁਣੀ ਉਦੋਂ ਇੰਡੀਆ ਆ ਗਏ ਸੀਗੇ ਜਦੋਂ ਉਹਨਾਂ ਨੇ ਮੈਨੂੰ ਨੰਬਰ ਦਿੱਤਾ। ਤਾਂ ਪਹਿਲਾਂ ਫਿਰ ਮੈਂ ਉਹਨਾਂ ਨੂੰ ਕਾਲ ਕਰੀ ਚੌਥੇ ਪੰਜਵੇਂ ਦਿਨ, ਮੈਂ ਕਿਹਾ ਬਾਈ ਵੀ ਆਪਾਂ ਗੱਲ ਕਰਨੀ ਸੀ ਵੀ ਤੁਸੀਂ, ਮੈਂ ਮਣੀ ਬੋਲਦਾਂਗਾ। ਤਾਂ ਬਾਈ ਕਹਿੰਦੇ ਵੀ ਹਾਂ ਹਾਂ ਕੋਈ ਚੱਕਰ ਨਹੀਂ ਮਣੀ, ਤੂੰ ਆ ਕੇ ਆਪਣੇ ਪੈਸੇ ਲੈ ਜਾ। ਮੈਂ ਕਿਹਾ ਬਾਈ ਯਾਰ ਵੀ ਮੇਰੀ ਗੱਲ ਤਾਂ ਸੁਣੋ ਇੱਕ ਮਿੰਟ, ਵੀ ਗੱਲਬਾਤ ਤੁਹਾਡੀ ਉੱਧਰ ਹੋਈ ਆ, ਮੇਰਾ ਤਾਂ ਕੋਈ ਵਿੱਚ ਸੀਨ ਨਹੀਂ, ਤੇ ਮੇਰੇ ਮਤਲਬ ਕਿ ਹੁਣ ਗੱਲਬਾਤ ਸਾਰੇ ਫੈਲ ਚੁੱਕੀ ਆ ਯਾਰ, ਵੀ ਏਦਾਂ ਨਾ ਕਰੋ ਵੀ ਤੁਸੀਂ ਕਰ ਦੋ। ਹਾਂਜੀ ਸਾਰੇ ਨਹੀਂ, ਆਪਾਂ ਯਾਰਾਂ ਦੋਸਤਾਂ ਨੂੰ ਨਹੀਂ ਸੀ ਮੋਹਿਤ, ਆਪਾਂ ਇੰਨੇ ਕੋਈ ਮਤਲਬ ਕੋਈ ਵੀ ਹੈ ਇੰਨਾ ਐਕਸਾਈਟਮੈਂਟ ਪੈਦਾ ਹੋ ਜਾਂਦੀ ਆਪਣੇ ਆਪ ਦੇ ਵਿੱਚ ਵੀ ਨਾ, ਮੇਰਾ ਗਾਣਾ ਵੱਡੀ ਚੀਜ਼ ਕਰਨੀ ਸਿੰਗਰ ਦੇ ਨਾਲ ਆਪਣਾ ਗਾਣਾ ਜਿਹੜਾ ਆ ਰਿਹਾ ਹੈ। ਤਾਂ ਉਸ ਚੀਜ਼ ਦਾ ਸਭ ਨੂੰ ਹੀ ਚਾਅ ਸੀ, ਬਟ ਆਪਾਂ ਹਜੇ ਕਿਸੇ ਨੂੰ ਦੱਸਿਆ ਨਹੀਂ ਸੀ ਵੀ ਸਾਡਾ ਗਾਣਾ ਆ ਰਿਹਾ, ਸਿਰਫ ਮਤਲਬ ਕਿ ਜੋ ਸਾਡੀ ਜਾਣ ਪਛਾਣ ਦੇ ਸੀ ਜਾਂ ਫਿਰ ਜਿਹੜੇ ਇੰਡਸਟਰੀ ਦੇ ਲੋਕ ਸੀ ਸਿੰਗਰ ਜਿਨ੍ਹਾਂ ਕੋਲ ਅਸੀਂ ਮਿਲਦੇ ਬੈਠਦੇ ਸੀ ਉਹਨਾਂ ਨੂੰ ਪਤਾ ਸੀ। ਪੋਸਟਰ ਵੀ ਤੁਸੀਂ ਕਦੋਂ ਲਾਂਚ ਕੀਤਾ? ਬਾਅਦ 'ਚ ਲਾਂਚ ਕੀਤਾ? ਹਾਂ ਪੋਸਟਰ ਬਾਅਦ 'ਚ ਲਾਂਚ ਕੀਤਾ ਜੀ। ਤਾਂ ਉਹ ਮਤਲਬ ਕਿ ਜਦੋਂ ਮਾਰਚ 'ਚ ਆਏ ਸੀ ਬਾਈ ਹੁਣੀ ਉਦੋਂ ਗੱਲ ਹੋਈ ਉਹਨਾਂ ਨਾਲ, ਤਾਂ ਉਹ ਕਹਿੰਦੇ ਵੀ ਯਾਰ ਐਂ ਕਰਕੇ, ਮੈਂ ਕਿਹਾ ਬਾਈ ਵੀ ਮੇਰੀ ਇੱਜ਼ਤ ਦਾ ਸਵਾਲ ਹੈ ਯਾਰ ਵੀ ਤੁਸੀਂ ਐਂ ਨਾ ਕਰੋ। ਤਾਂ ਬਾਈ ਹੁਣੀ ਕਹਿੰਦੇ ਚੱਲ ਕੋਈ ਨਹੀਂ ਆਪਾਂ ਮਣੀ ਤੂੰ ਆ ਜਾ ਆਪਾਂ ਕਰ ਦਾਂਗੇ, ਵੀ ਜਿੰਨੇ ਪੈਸੇ ਸੀਗੇ ਆਪਾਂ ਉਦੋਂ ਥੋੜ੍ਹਾ ਜਿਹਾ ਪੈਸੇ ਤੈਨੂੰ ਹੋਰ ਦੇਣੇ ਪੈਣਗੇ। ਤਾਂ ਅੱਛਾ ਉਹਨਾਂ ਨੇ ਪੈਸੇ ਦੀ ਹੋਰ ਡਿਮਾਂਡ ਕਰਤੀ ਵੀ ਪੈਸਾ ਥੋੜ੍ਹਾ ਜਿਹਾ ਅਸੀਂ ਵੀ ਬਾਕੀਆਂ ਦੇ ਉਨੇ 'ਚ ਕਰਦੇ ਹਾਂ ਵੀ ਤੂੰ ਚੱਲ ਤੇਰੇ ਨਾਲ ਥੋੜ੍ਹੀ ਜਿਹੀ ਹੋਰ ਗੱਲਬਾਤ ਆ ਵੀ ਤੂੰ ਆਪਾਂ ਆ ਜੀ ਕੋਈ ਚੱਕਰ ਨਹੀਂ ਵੀ ਆਪਾਂ ਕਰ ਦਾਂਗੇ। ਮੈਂ ਕਹੀ ਮੈਂ ਮਤਲਬ ਕਿ ਸੋਚਿਆ ਵੀ ਚਲੋ ਕੋਈ ਨਹੀਂ ਬਈ ਇੱਜ਼ਤ ਨਾਲ ਉਹ ਚੀਜ਼ ਪੈਸਾ ਤਾਂ ਨਹੀਂ ਪਿਆਰਾ, ਤਾਂ ਮੈਂ ਬਿਨਾਂ ਸੋਚੇ ਕਹਿਤਾ ਵੀ ਬਾਈ ਠੀਕ ਆ ਆਪਾਂ ਵੀ ਕਰਦੇ ਹਾਂ ਅਤੇ ਮੈਂ ਤੁਹਾਨੂੰ ਮਿਲਣ ਆਉਂਦਾ ਹੈਗਾ। ਬਾਈ ਹੁਣੇ ਮੈਂ ਜੇ ਡਬਲ 'ਚ ਬਾਈ ਹੁਣੀ ਰਹਿੰਦੇ ਸੀਗੇ, ਤਾਂ ਮੈਂ ਉੱਥੇ ਗਿਆ ਬਾਈ ਹੁਣਾਂ ਕੋਲ, ਤਾਂ ਰਾਤ ਨੂੰ ਜਦੋਂ ਸਾਡੀ ਗੱਲਬਾਤ ਹੋਈ ਤਾਂ ਬਾਈ ਹੁਣੀ ਕਹਿੰਦੇ ਵੀ ਆਪਾਂ 3 ਲੱਖ ਰੁਪਇਆ ਲਵਾਂਗੇ ਵੀ ਤੇਰਾ ਰੈਪ ਕਰ ਦਾਂਗੇ। ਤਾਂ ਮੈਂ ਪਹਿਲਾਂ ਕਰਨ ਨੌਜਲੇ ਇਹਦੇ ਮਤਲਬ 3 ਲੱਖ 1 ਲੱਖ ਦੀ ਜਿਹੜੀ ਜਿਹੜੀ ਪਹਿਲਾਂ 1 ਲੱਖ ਸਾਡਾ ਹੋ ਚੁੱਕਾ ਸੀ ਨਾ। ਹਾਂਜੀ ਹਾਂਜੀ ਹਾਂਜੀ। ਤਾਂ ਉਸ ਤੋਂ ਬਾਅਦ ਮੈਂ ਦੇਖਿਆ ਵੀ ਯਾਰ ਇਹ ਤਾਂ ਗਲਤ ਗੱਲ ਹੋ ਗਈ ਵੀ 3 ਲੱਖ, ਚਲੋ ਮੈਂ ਬਿਨਾਂ ਸੋਚੇ ਹਾਂ ਕਰਕੇ ਆ ਗਿਆ। ਮੈਂ ਕਿਹਾ ਬਈ ਮੈਂ ਤੁਹਾਨੂੰ 2 ਦਿਨਾਂ 'ਚ ਪੈਸੇ ਦੇ ਦੇਣਾ। ਉਦੋਂ ਮਤਲਬ ਕਿ ਬਾਈ ਉਹਨਾਂ ਦੇ ਸ਼ੂਟ ਚੱਲ ਰਹੇ ਸੀ, ਬਾਈ ਉਹਨਾਂ ਨੇ ਬਸ ਜਾਣਾ ਹੀ ਸੀਗਾ ਵਿਦ ਇਨ 5 ਔਰ 6 ਡੇਜ਼ ਵੀ ਉਹਨਾਂ ਦੀ। ਹਾਂਜੀ। ਕਿੰਨੇ ਦਿਨਾਂ ਵਾਸਤੇ? ਬਾਈ ਹੁਣੀ 1 ਮਹੀਨੇ ਵਾਸਤੇ ਆਏ ਸੀ ਤੇ ਸਾਰੀ ਗੱਲ ਹੁੰਦੀ ਹੈ। 1 ਮਹੀਨੇ 'ਚ ਦੇਖਣ ਵਾਲੀ ਗੱਲ ਹੈ, ਜੇ ਇੰਡੀਆ ਬੰਦਾ ਆਉਂਦਾ ਤਾਂ ਉਹਨਾਂ ਨੇ 2-3 ਗਾਣੇ ਸ਼ੂਟ ਕੀਤੇ ਸੀ ਪਿੱਛੇ ਜੇ। ਹਾਂਜੀ, ਜਿਹੜੇ ਬੜੇ ਅੱਛੇ ਚੱਲੇ ਬਿਲਕੁਲ ਸਹੀ ਹੈ, ਨਵੇਂ ਆਰਟਿਸਟ ਉਹ ਵੀ ਨਵੇਂ ਆਏ ਗੁਰਜਸ ਸਿੱਧੂ ਦੇ ਨਾਲ ਗੁਰਜਸ ਸਿੱਧੂ ਬਿਲਕੁਲ ਸਹੀ, ਕਿਉਂਕਿ ਨਵੇਂ ਆਰਟਿਸਟ ਜਿਵੇਂ ਇਹ ਨਵਾਂ ਆਰਟਿਸਟ ਆ, ਇਹ ਇਹਨਾਂ ਨੇ ਵੀ ਪੈਸੇ ਦਿੱਤੇ, ਪੈਸੇ ਉਹਨਾਂ ਨੇ ਵੀ ਦਿੱਤੇ ਪਰ ਉਹਨਾਂ ਦਾ ਕੰਮ ਹੋਇਆ, ਇਹਨਾਂ ਦਾ ਕੰਮ ਰੁਕ ਗਿਆ। ਤਾਂ ਉਹ ਸਾਰੀ ਗੱਲਬਾਤ ਹੁੰਦੇ ਹੋਏ ਫਿਰ ਮੈਂ ਬਾਈ ਹੁਣਾਂ ਨਾਲ ਗੱਲਬਾਤ ਕੀਤੀ। ਮੈਂ ਕਿਹਾ ਬਾਈ ਮੈਂ ਤੁਹਾਨੂੰ 2 ਦਿਨਾਂ ਨੂੰ ਪੈਸੇ ਲਿਆ ਕੇ ਦੇ ਦਿੰਦਾ। ਤਾਂ ਮੈਂ ਬਹੁਤ ਮਤਲਬ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਆਪਣੇ ਯਾਰ ਦੋਸਤ ਆ ਜਿਨ੍ਹਾਂ ਦੇ ਜਿਹਨੇ ਕਈ ਬਾਹਲੇ ਖਾਸ ਹੁੰਦੇ ਆ, ਤਾਂ ਮੈਂ ਕਾਫੀ ਜਣਿਆਂ ਨੂੰ ਫੋਨ ਕੀਤਾ ਵੀ ਬਾਈ ਜੋ ਵੈਲ ਸੈਟਲ ਸੀ ਘਰੋਂ ਵੀ ਸਹੀ ਠੀਕ ਸੀ ਸਭ ਕੁਛ ਸੀਗਾ, ਤਾਂ ਜ਼ਿਆਦਾ ਮਤਲਬ ਕਿ ਮੈਂ ਕਿਸੇ ਨਾਲ ਖੁੱਲ੍ਹਦਾ ਨੀਗਾ। ਅਤੇ ਉਹਨਾਂ ਨੂੰ ਮੈਂ ਕਾਲ ਵਗੈਰਾ ਕੀਤੀ, ਮੈਂ ਕਿਹਾ ਬਾਈ ਯਾਰ ਐਂ ਕਰਕੇ ਮੈਨੂੰ ਨਾ ਐਟ ਅ ਟਾਈਮ ਲੋੜ ਪੈ ਗਈ, ਅਗਰ 10-15 ਦਿਨ ਹੁੰਦੇ ਤਾਂ ਅਸੀਂ ਕੁਛ ਨਾ
ਕੋਈ ਕਹਿੰਦਾ ਮੈਂ ਜਿੱਦਾਂ ਜੋ ਵੀ ਸਿਸਟਮ ਹਾਂਜੀ ਹਾਂਜੀ ਵੀ ਆਪਣੇ ਐਕਸਕਿਊਜ਼ ਦੱਸਣ ਲੱਗ ਗਏ ਹਾਂਜੀ ਤਾਂ ਉਹਨਾਂ ਨੇ ਐਕਸਕਿਊਜ਼ ਦਿੱਤੇ ਤਾਂ ਅਸੀਂ ਆਖਿਆ ਵੀ ਚਲੋ ਕੋਈ ਨਾ ਯਾਰ ਮੈਂ ਹਾਰ ਕੇ ਮੈਂ ਬੈਠਾ ਸੀਗਾ ਤਾਂ ਮੈਂ ਮੇਰਾ ਜੋ ਬਾਈ ਹੈ ਮਿਰਜ਼ਾ ਬਾਈ ਜੋ ਮੇਰਾ ਸਾਰਾ ਕੰਮ ਹੀ ਸਾਂਭਦੇ ਆ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਬਾਈ ਵੀ ਐਂ ਕਰਕੇ ਆਹ ਗੱਲਬਾਤ ਹੋ ਚੁੱਕੀ ਆ ਹੁਣ ਵੀ ਆਪਾਂ ਕੀ ਕਰੀਏ ਤਾਂ ਉਹ ਕਹਿੰਦੇ ਵੀ ਚੱਲ ਵੀ ਤੂੰ ਕੋਈ ਨਾ ਆਪਾਂ ਕਰਦੇ ਹਾਂ ਕੋਈ ਹੱਲ ਆਪਣੇ ਕੋਲ ਦੋ ਦਿਨ ਹੈਗੇ ਆ ਤੂੰ ਸੌਂ ਜਾ ਆਪਾਂ ਕਰਦੇ ਹਾਂ ਹੱਲ ਤਾਂ ਬਾਈ ਇਹੋ ਜਿਹੀ ਗੱਲ ਸੀ ਵੀ ਮੈਨੂੰ ਐਂ ਸੀ ਵੀ ਜੇ 5 ਦਿਨ ਵੀ ਨਾ ਹੁਣ ਬਾਈ ਹੁਣੀ ਚਲੇ ਗਏ ਤਾਂ ਮੇਰਾ ਕੰਮ ਫਿਰ ਲਟ ਗਿਆ ਤਾਂ ਮੈਂ ਮਤਲਬ ਕਿ ਫਿਰ ਵੀ ਰਾਤ ਭਰ ਲੱਗਿਆ ਰਿਹਾ ਵੀ ਚਲੋ ਇੱਕ ਨਹੀਂ ਦੂਜੇ ਨੂੰ ਫੋਨ ਕਰ ਲਾਂ ਵੀ ਸ਼ਾਇਦ ਵੀ ਸੁਣ ਲਏ ਮੈਂ ਅੱਜ ਤੱਕ ਜਿਹਨੂੰ ਕਦੇ ਇਹ ਚੀਜ਼ ਵੀ ਨਹੀਂ ਆਖੀ ਵੀ ਯਾਰ ਮੈਂ ਮਤਲਬ ਕਿ ਕੋਈ ਵੀ ਕੰਮ ਮੈਂ ਉਸ ਬੰਦੇ ਤੱਕ ਵੀ ਫੋਨ ਲਾਇਆ ਵੀ ਬਾਈ ਮੇਰੀ ਹੈਲਪ ਕਰ ਦੇ ਯਾਰ ਵੀ ਮੈਂ ਇੰਨਾ ਕੁ ਉੱਥੇ ਹੋ ਗਿਆ ਸੀਗਾ ਮਤਲਬ ਫਿਰ ਵੀ ਮੈਨੂੰ ਨਿਰਾਸ਼ਾ ਹੀ ਉਧਰੋਂ ਪਈ ਵੀ ਉਹਨਾਂ ਨੇ ਕਿਸੇ ਨੇ ਹਾਂ ਨਹੀਂ ਕੀਤੀ ਵੀ ਸਾਰੇ ਕਹਿੰਦੇ ਵੀ ਸਾਡਾ ਆਹ ਕੰਮ ਸਾਰਾ ਕੁਛ ਮਤਲਬ ਕਿਸੇ ਨੇ ਸਾਥ ਨਹੀਂ ਦਿੱਤਾ ਤਾਂ ਫਿਰ ਮਤਲਬ ਕਿ ਜੋ ਮੇਰੇ ਬਾਈ ਆਪਣੇ ਨਾਲ ਜਿਹੜਾ ਮੇਰਾ ਸਾਰਾ ਕੰਮ ਸਾਂਭਦੇ ਆ ਜੋ ਮੇਰੇ ਨਾਲ ਹੁੰਦੇ ਆ ਰੋਬੀ ਮਿਰਜ਼ਾ ਫਰੀਕ ਸਾਰੇ ਸਾਡੀ ਟੀਮ ਬਾਰ ਕੋਡ ਦੀ ਤਾਂ ਉਹਨਾਂ ਨੇ ਮਤਲਬ ਕਿ ਸਾਰਿਆਂ ਨੇ ਇਕੱਲੇ ਇਕੱਲੇ ਨੇ ਘਰੋਂ ਸਪੋਰਟ ਮੰਗੀ ਸਹੀ ਗੱਲ ਹਾਂਜੀ ਇੰਨੇ ਪੈਸੇ ਜੋੜ ਕੇ ਕਰਨ ਓਰੀਜਨਲ ਨਾਲ ਗਾਣਾ ਕਰਨ ਵਾਸਤੇ 1 ਲੱਖ ਕਿੰਨੇ ਪੈਸੇ ਜੋੜੇ ਇਹਨਾਂ ਦੇ ਮਨ ਦੇ ਵਿੱਚ ਕਿੰਨੀ ਐਕਸਾਈਟਮੈਂਟ ਐਕਸਾਈਟਮੈਂਟ ਹੋਊਗੀ ਹੈ ਨਾ ਸ਼ਾਇਦ ਕਰਨ ਓਰੀਜਨਲ ਜੇ ਦੇਖ ਰਿਹਾ ਇੰਟਰਵਿਊ ਤਾਂ 1.5 ਸਾਲ ਪਹਿਲਾਂ ਦੇ ਦਿਨ ਉਹ ਯਾਦ ਕਰੇ ਬਿਲਕੁਲ ਕਿਉਂਕਿ ਹਾਂਜੀ ਬਿਲਕੁਲ ਜੀ ਕਿਉਂਕਿ ਉਹ ਵੀ ਉਸ ਟਾਈਮ ਸਟਰਗਲ ਕਰ ਰਿਹਾ ਸੀ ਜਿਸ ਤਰ੍ਹਾਂ ਇਹ ਕਰ ਰਹੇ ਸੀ ਫਿਰ ਉਸ ਤੋਂ ਬਾਅਦ ਜੀ ਅਸੀਂ ਫਿਰ ਉਹ ਸਾਰਿਆਂ ਨੇ ਇਕੱਠੇ ਕਰਕੇ ਸਾਡੇ ਕੋਲ ਫਿਰ ਵੀ ਨਹੀਂ ਪੈਸੇ ਪੂਰੇ ਹੋਏ ਪਰ ਫਿਰ ਵੀ ਜਿੱਦਾਂ ਵੀ ਕਿੱਦਾਂ ਸੀਗਾ ਅਸੀਂ ਕੁਛ ਨਾ ਕੁਛ ਕਰਕੇ ਕਿਸੇ ਤੋਂ ਉਧਾਰੇ ਫੜ ਕੇ ਕਿਸੇ ਦਾ ਗਾਣਾ ਕਰਕੇ ਜਾਂ ਕੁਛ ਵੀ ਮਤਲਬ ਕਿ ਜੋ ਵੀ ਸਾਡੇ ਤੋਂ ਹੋ ਰਿਹਾ ਸੀਗਾ ਇੱਕ ਰਾਤ ਰਾਤ 'ਚ ਹਾਂਜੀ ਹਾਂਜੀ ਉਸ ਰਾਤ ਰਾਤ 'ਚ ਅਸੀਂ ਪਤਾ ਨਹੀਂ ਕਿੰਨੇ ਕੁ ਬੰਦਿਆਂ ਨੂੰ ਫੋਨ ਕੀਤੇ ਹੋਣਗੇ ਵੀ ਜਿਹਨਾਂ ਸਾਹਮਣੇ ਬਹੁਤ ਕਦੇ ਵੀ ਨਹੀਂ ਫੋਨ ਕੀਤਾ ਉਹਨਾਂ ਨੂੰ ਵੀ ਅਸੀਂ ਫੋਨ ਕੀਤਾ ਬਾਈ ਸਾਨੂੰ ਯਾਰ ਸਾਡੀ ਹੈਲਪ ਕਰੋ ਫਾਈਨੈਂਸ਼ਲੀ ਤਾਂ ਫਿਰ ਉਹ ਚੀਜ਼ ਮਤਲਬ ਕਿਸੇ ਵੱਲੋਂ ਨਹੀਂ ਹੋਈ ਤਾਂ ਅਸੀਂ ਕਿਸੇ ਪਾਸਿਓਂ ਔਖੇ ਸੌਖੇ ਹੋ ਕੇ ਇੱਕ ਦਿਨ 'ਚ ਅਸੀਂ 1,20,000 ਰੁਪਈਆ ਇਕੱਠੇ ਕੀਤੇ ਤਾਂ ਉਹ 1,20,000 ਮੈਂ ਬਾਈ ਉਹਨਾਂ ਨੂੰ ਫੋਨ ਕੀਤਾ ਬਾਈ ਮੈਂ ਪੈਸੇ ਅਰੇਂਜ ਕਰ ਲਏ ਮੈਂ ਆ ਜਾਂ ਡਿਮਾਂਡ ਕਿੰਨੇ ਦੀ ਸੀ ਵੈਸੇ ਮੰਗੀ ਉਹਨਾਂ ਨੇ ਬਾਈ ਉਹਨਾਂ ਦੀ ਡਿਮਾਂਡ 1,00,000 ਦੀ ਸੀ ਤਾਂ ਬਾਈ ਹੁਣੀ ਕਹਿੰਦੇ ਮਤਲਬ ਉੱਕਾ ਪੁੱਕਾ ਡੇਢ 1,20,000 ਜਿਹੜਾ ਨਹੀਂ ਪਹਿਲਾਂ ਅਸੀਂ 1,00,000 ਕਰ ਚੁੱਕੇ ਸੀ ਤੇ ਸਾਡੇ ਕੋਲ ਉਸ ਤੋਂ ਬਾਅਦ ਬਾਈ ਉਹਨਾਂ ਨੇ ਆਖਿਆ ਵੀ 2,00,000 ਹੋਰ ਲਿਆ ਤਾਂ 2,00,000 ਮੇਰੇ ਤੋਂ ਅਰੇਂਜ ਨਹੀਂ ਹੋਇਆ ਤਾਂ ਅਸੀਂ 1,20,000 ਰੁਪਈਆ ਅਰੇਂਜ ਕੀਤਾ ਰਾਤੋਂ ਰਾਤ 'ਚ ਜਿੰਨਾ ਹੋਇਆ ਸਾਡੇ ਤੋਂ ਸਾਨੂੰ ਐਂ ਸੀ ਵੀ 5 ਦਿਨ ਰਹਿ ਗਏ ਬਾਈ ਹੁਣੀ ਕਿਤੇ ਚਲੇ ਨਾ ਜਾਣ ਤਾਂ ਉਸ ਹਿਸਾਬ ਨਾਲ ਅਸੀਂ ਜਦੋਂ ਬਾਈ ਹੋਣਾ ਮੈਂ ਮਿਲਣ ਗਿਆ ਮੈਂ ਬਾਈ ਉਹਨਾਂ ਨੂੰ ਆਖਿਆ ਮੈਂ ਕਿਹਾ ਬਾਈ ਵੀ ਬਾਈ ਕਹਿੰਦੇ ਪੈਸੇ ਲਿਆ ਤੇ ਮੈਂ ਹਾਂਜੀ ਮੈਂ 1,20,000 ਬਾਈ ਉਹਨਾਂ ਦੇ ਸਾਹਮਣੇ ਧਰਤਾ ਮੈਂ ਬਾਈ ਮੇਰੇ ਕੋਲੋਂ 1 ਰਾਤ 'ਚ ਵੀ ਉਧਾਰੇ 'ਚ ਫੜ ਕੇ ਵੀ ਜਿੱਦਾਂ ਵੀ ਕਿੱਦਾਂ ਕਰਕੇ ਮੈਂ ਬਾਈ ਉਹਨਾਂ ਨੂੰ ਆਖਿਆ ਮੈਂ ਕਿਹਾ ਬਾਈ ਵੀ ਆਹ ਹੁਣ ਮੇਰੇ ਕੋਲ ਇੰਨੇ ਜੁੜੇ ਆ ਲਾਸਟ ਜੋ ਕੀ ਆ ਅਤੇ ਬਾਈ ਉਹਨਾਂ ਦੇ ਦਿਲ 'ਚ ਪਤਾ ਨਹੀਂ ਕੀ ਆਈ ਹੋਣੀ ਆ ਬਾਈ ਹੁਣੀ ਕਹਿੰਦੇ ਵੀ ਚੱਲ ਕੋਈ ਨਾ ਬਣੀ ਵੀ ਤੂੰ ਆਪਣਾ ਹੀ ਆ ਵੀ 1,20,000 ਹੋ ਗਿਆ ਚੱਲ ਤੇਰਾ 2,20,000 ਹੋ ਗਿਆ ਟੋਟਲ ਤੇਰਾ ਗਾਣਾ ਇੰਨੇ 'ਚ ਕਰ ਦਾਂਗੇ ਅਤੇ ਹਾਂ ਬਾਈ ਹੁਣੀ ਕਹਿੰਦੇ ਵੀ ਆਪਾਂ ਇੰਨੇ 'ਚ ਕਰ ਦਾਂਗੇ ਅਤੇ ਮੈਂ ਮਤਲਬ ਬੜਾ ਖੁਸ਼ ਹੋਇਆ ਉਸ ਦਿਨ ਹਾਂਜੀ ਮੇਰਾ ਮਤਲਬ ਕਿ ਗਾਣਾ ਹੁਣ ਕੱਲ੍ਹ ਨੂੰ ਹੋ ਜੂਗਾ ਬਾਈ ਉਹਨਾਂ ਨੇ ਸ਼ਾਇਦ ਸ਼ੂਟ 'ਤੇ ਨਿਕਲਣਾ ਸੀ ਬਾਈ ਹੁਣੀ ਕਾਹਲੀ ਕਾਹਲੀ ਨਿਕਲ ਗਏ ਮੈਂ ਉੱਥੇ ਮਤਲਬ ਇੱਕ ਮੇਰੇ ਨਾਲ ਮੁੰਡਾ ਗਿਆ ਸੀਗਾ ਜੋ ਲਾਡੀ ਬਾਈ ਜਿਨ੍ਹਾਂ ਨੇ ਸਾਡੀ ਮਤਲਬ ਸਾਰੀ ਬਾਅਦ 'ਚ ਗੱਲ ਕਰਵਾਈ ਸਾਰੀ A to Z ਜਿਨ੍ਹਾਂ ਨੇ ਗੱਲ ਕਰਵਾਈ ਤਾਂ ਉਹ ਤੇ ਉਹ ਅਸੀਂ ਦੋਨੇ ਬੜੇ ਖੁਸ਼ ਵੀ ਸਾਡਾ ਕੰਮ ਬਣ ਗਿਆ ਹਾਂਜੀ ਤੇ ਅੱਛਾ ਪੋਸਟਰ ਸੀ ਫਿਰ ਉਸੇ ਟਾਈਮ ਨਹੀਂ ਪੋਸਟਰ ਉਸ ਟਾਈਮ ਨਹੀਂ ਪੋਸਟਰ ਉਸ ਤੋਂ ਬਾਅਦ ਥੋੜੇ ਜਿਹੇ ਦਿਨਾਂ ਹਜੇ ਹੋਰ ਪੈ ਗਏ ਸੀਗੇ ਤਾਂ ਇਹ ਹਜੇ ਮਾਰਚ ਦੀ ਵੀ ਗੱਲ ਅਪ੍ਰੈਲ ਦੀ ਗੱਲ ਆ ਜਦੋਂ ਬਾਈ ਹੁਣੀ ਵਾਪਸ ਗਏ ਆ ਤੇ ਉਦੋਂ ਸਾਰੀ ਗੱਲਬਾਤ ਹੋਈ ਅਸੀਂ ਦੋਨੇ ਜਣੇ ਬੜੇ ਖੁਸ਼ ਸੀ ਵਾਪਸ ਆ ਕੇ ਮੈਂ ਮਿਰਜ਼ੇ ਬਾਈ ਨੂੰ ਦੱਸਿਆ ਮੈਂ ਮਿਰਜ਼ੇ ਬਾਈ ਆਹ ਗੱਲ ਹੋ ਗਈ ਵੀ ਕੰਮ ਆਪਣਾ ਡਨ ਹੋ ਗਿਆ ਹੁਣ ਆਪਣਾ ਰੈਪ ਆ ਗਿਆ ਤੇ ਆਪਣਾ ਗਾਣਾ ਸ਼ੂਟ ਰੱਖ ਲਓ ਬਸ ਤੇ ਇੰਨੀ ਕੁ ਗੱਲ ਕਹਿ ਕੇ ਤੇ ਮੈਂ ਬਾਈ ਉਹਨਾਂ ਨੂੰ ਅਗਲੇ ਦਿਨ ਕਾਲ ਕਰੀ ਮੈਂ ਕਿਹਾ ਬਾਈ ਵੀ ਆਪਾਂ ਕਦੋਂ ਕਰੀਏ ਤੇ ਬਾਈ ਕਹਿੰਦੇ ਵੀ ਯਾਰ ਸਾਡੇ ਕੋਲ ਮਤਲਬ ਕਿ ਇੱਥੇ ਸਿੰਕ ਮਾਰ ਲਾ ਜੇ ਮਾਰ ਸਕਦਾ ਤਾਂ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਵੀ ਸ਼ੂਟ ਬਹੁਤ ਆ ਸਾਡੇ ਕੋਲ ਵੀ ਅਸੀਂ ਬਹੁਤ ਬਿਜ਼ੀ ਹਾਂ ਤੇ ਬਾਈ ਦੇ ਆਪਦੇ ਵੀ 2 ਸੀਗੇ ਹੋਰਾਂ ਦੇ ਵੀ ਸੀਗੇ ਤਾਂ ਬਾਈ ਕੋਲ ਦਿਨ ਵੀ 3 ਸੀਗੇ ਮੈਂ ਕਿਹਾ ਬਾਈ ਚਲੋ ਕੋਈ ਨਾ ਆਪਾਂ ਕਰਦੇ ਮੈਂ ਕਿਹਾ ਜਦੋਂ ਬਾਈ ਜਾਣ ਲੱਗੇ ਨਾ ਤਾਂ ਵੀ ਇੱਕ ਵਾਰੀ ਮਿਲ ਜਿਓ ਰਿਹਾਨ ਬਾਈ ਕਹਿੰਦਾ ਓਕੇ ਆਪਾਂ ਮਿਲ ਜਾਂਗੇ ਜਦੋਂ ਬਾਈ ਹੁਣੀ ਜਾਣ ਲੱਗੇ ਮਤਲਬ ਕਿ ਸ਼ੂਟ ਖਤਮ ਕਰਕੇ ਮੈਨੂੰ ਰਿਹਾਨ ਬਾਈ ਦੀ ਕਾਲ ਆਈ ਮਣੀ ਅਸੀਂ ਨਿਕਲਣ ਲੱਗੇ ਹਾਂ ਤੂੰ ਆ ਜਾ ਆਪਾਂ ਮਿਲ ਲੈਂਦੇ ਤਾਂ ਮੈਂ ਬਾਈ ਉਹਨਾਂ ਕੋਲੇ ਗਿਆ ਅਤੇ ਮੈਂ ਬਾਈ ਉਹਨਾਂ ਨੂੰ ਜਾ ਕੇ ਕਰਨ ਬਾਈ ਨੂੰ ਮੈਂ ਉਦੋਂ ਪਹਿਲੀ ਵਾਰੀ ਮਿਲਿਆ ਸੀਗਾ ਮੈਂ ਬਾਈ ਨੂੰ ਮਿਲਿਆ ਅਤੇ ਬਾਈ ਮੈਨੂੰ ਮਤਲਬ ਕਿ ਵਧੀਆ ਜਿੱਦਾਂ ਹੁੰਦਾ ਵੀ ਬਹੁਤ ਵਧੀਆ ਸੁਭਾਅ ਦੇ ਲੱਗੇ ਮੈਨੂੰ ਬਾਈ ਕਹਿੰਦੇ ਵੀ ਯਾਰ ਤੇਰਾ ਗਾਣਾ ਬਹੁਤ ਸੋਹਣਾ ਗਾ ਜੋ ਆਪਾਂ ਕਰ ਰਹੇ ਹਾਂ ਤਾਂ ਮੈਂ ਕਿਹਾ ਵੀ ਥੈਂਕ ਯੂ ਬਾਈ ਵੀ ਸਾਰੀ ਗੱਲਬਾਤ ਜੋ ਵੀ ਹੋਈ ਸਾਡੀ ਤਾਂ ਮੈਂ ਕਿਹਾ ਬਾਈ ਵੀ ਆਪਾਂ ਬਾਈਟ ਬਣਾਉਣੀ ਸੀ ਵੀ ਉਦੋਂ ਬਾਅਦ ਤੁਸੀਂ ਕੈਨੇਡਾ ਚਲੇ ਜਾਣਾ ਹੈ ਅਤੇ ਮੈਂ ਕਿਹਾ ਆਪਾਂ ਬਾਈਟ ਬਣਾਉਣੀ ਸੀਗੀ ਅਤੇ ਬਾਈ ਕਹਿੰਦੇ ਹਾਂ ਜ਼ਰੂਰ ਬਾਈ ਉਹਨਾਂ ਨੇ ਉਦੋਂ ਬਾਈਟ ਬਣਾਈ ਅਤੇ ਵੀ ਮੈਂ ਸਾਡਾ ਗਾਣਾ ਆ ਚੁੱਕਿਆ ਇਹਦੀ ਬਣਾਈ ਅਸੀਂ ਸਵਾਈਪ ਅੱਪ ਦੀ ਵੀ ਸਵਾਈਪ ਅੱਪ ਕਰੋ ਵੀਡੀਓ ਦੇ ਪਿੱਛੇ ਲਾਉਣ ਲਈ ਤਾਂ ਉਹ ਬਾਈਟ ਬਣਾਈ ਸਾਰਾ ਕੁਛ ਹੋਇਆ ਮੈਂ ਰਿਹਾਨ ਬਾਈ ਨੂੰ ਮਿਲਿਆ ਰਿਹਾਨ ਬਾਈ ਕਹਿੰਦੇ ਵੀ ਅੱਜ ਅਸੀਂ ਚੱਲੇ ਹਾਂ ਬਾਈ ਦਾ ਟੂਰ ਆ 3 ਦਿਨ ਦਾ ਇਸ ਤੋਂ ਬਾਅਦ
22 ਤਰੀਕ ਨੂੰ ਨਹੀਂ ਆਇਆ। ਉਸ ਤੋਂ ਬਾਅਦ ਬਾਈ ਹੁਣ ਮੈਂ ਕਾਲ ਕਰੀ, ਮੈਂ ਬਾਈ ਅੱਜ 23 ਤਰੀਕ ਹੋ ਗਈ, ਅੱਜ ਭੇਜ ਦੋਗੇ? ਬਾਈ ਉਹਨਾਂ ਨੇ ਹਫ਼ਤਾ ਹੋਰ ਲੇਟ ਕਰਤਾ, ਕਹਿੰਦੇ ਯਾਰ ਮਣੀ ਥੋੜ੍ਹੇ ਜਿਹੇ ਬਿਜ਼ੀ ਆ, 29 ਤਰੀਕ ਨੂੰ ਕਰ ਦਿੰਦੇ ਆਪਾਂ। ਮੈਂ ਫਿਰ 29 ਤੱਕ ਰੁਕਿਆ, ਮੈਂ ਕਿਹਾ ਬਈ ਚਲੋ ਕੋਈ ਨਹੀਂ 29 ਨੂੰ। ਫਿਰ 29 ਆਈ, 29 ਤੋਂ ਅਗਲਾ ਮਹੀਨਾ ਆਇਆ, ਅਗਲਾ ਹਫ਼ਤਾ ਆਇਆ, ਫਿਰ ਅਗਲਾ ਹਫ਼ਤਾ ਆਇਆ, ਮਤਲਬ ਕਿ ਐਂ ਕਰਕੇ ਮਈ ਦਾ ਕੁਛ ਵੋਟਾਂ ਵਾਲਾ ਦਿਨ ਆ ਚੁੱਕਿਆ। ਅਤੇ ਮੈਂ ਬਾਈ ਉਹਨਾਂ ਨੂੰ ਮਤਲਬ ਕਿ ਪਹਿਲਾਂ 29 ਤਰੀਕ ਨੂੰ ਮੈਂ ਬਾਈ ਉਹਨਾਂ ਨੂੰ ਕਾਲ ਕਰਕੇ ਆਖਿਆ, ਮੈਂ ਕਿਹਾ ਬਾਈ ਚਲੋ ਵੀ ਆਪਾਂ ਸ਼ੂਟ ਤਾਂ ਕਰਨਾ ਹੀ ਆ, ਅਤੇ ਤੁਸੀਂ ਪੋਸਟਰ ਤਾਂ ਰਿਲੀਜ਼ ਕਰ ਦਿਓ ਆਪਣਾ। ਅਤੇ ਬਾਈ ਕਹਿੰਦੇ ਵੀ ਚੱਲ ਮੈਂ ਪੋਸਟਰ ਪਾ ਦਿੰਦਾ ਗਾ, ਕਰਨ ਜਦੋਂ ਰੈਪ ਭੇਜੂਗਾ ਇੱਕ ਦੋ ਦਿਨ 'ਚ ਵੀ ਕਰਨ ਨਾਲ ਦੀ ਨਾਲ ਪਾ ਦੂਗਾ। ਮੈਂ ਐਗਰੀ ਕਰ ਗਿਆ, ਮੈਂ ਕਿਹਾ ਠੀਕ ਆ ਬਾਈ ਵੀ ਤੁਸੀਂ ਸਟੋਰੀ ਪਾ ਦਿਉ, ਅਤੇ ਬਾਈ ਹੁਣੀ ਜਦੋਂ ਰੈਪ ਭੇਜਣਗੇ ਕੱਲ੍ਹ ਨੂੰ ਜਾਂ ਪਰਸੋਂ, ਬਾਈ ਹੁਣੀ ਉਦੋਂ ਪਾ ਦੇਣਗੇ, ਸਾਨੂੰ ਕੋਈ ਚੱਕਰ ਨਹੀਂ ਵੀ ਅਸੀਂ ਇੱਕ ਵਾਰੀ ਸ਼ੇਅਰ ਕਰ ਦਿਓ ਜੀ। ਬਾਈ ਉਹਨਾਂ ਨੂੰ ਮੈਂ ਮਿਲਿਆ ਸੀ, ਬਾਈ ਹੁਣੀ ਕਹਿੰਦੇ ਵੀ 10 ਮਈ ਨੂੰ ਆਪਾਂ ਗਾਣਾ ਰਿਲੀਜ਼ ਕਰ ਦੇਣਾ, ਵੀ ਤੇਰੇ ਸਾਡੇ ਉਦੋਂ ਪਹਿਲਾਂ ਵੀ ਨਹੀਂ ਅਤੇ ਉਦੋਂ ਬਾਅਦ 'ਚ ਵੀ ਨਹੀਂ, ਵੀ ਆਪਾਂ 10 ਮਈ ਨੂੰ ਗਾਣਾ ਰਿਲੀਜ਼ ਕਰ ਦੇਣਾ। ਮੈਂ ਕਿਹਾ ਬਾਈ ਠੀਕ ਹੈ ਜੀ, ਆਪਾਂ 10 ਮਈ ਨੂੰ ਕਰਦਾ। ਉਹ ਸਾਰੀ ਗੱਲਬਾਤ ਹੁੰਦੀ, ਮੈਂ ਪੋਸਟਰ ਬਾਈ ਉਹਨਾਂ ਤੋਂ ਰਿਲੀਜ਼ ਹੋ ਗਿਆ, ਮੇਰਾ ਪੋਸਟਰ ਰਿਲੀਜ਼ ਹੋਇਆ, ਸਾਰਿਆਂ ਨੂੰ ਬੜੀ ਖੁਸ਼ੀ, ਹਾਂਜੀ ਸਾਰੇ ਕਿਤੇ ਗੱਲ ਫੈਲ ਗਈ ਵੀ ਹਾਂ ਬਾਈ ਦਾ ਪਿੰਡ 'ਚ ਰੌਲਾ ਪੈ ਗਿਆ। ਅਤੇ ਸਾਰੀ ਗੱਲਬਾਤ ਹੋਈ ਜਿਹਨਾਂ ਦਾ ਮਤਲਬ ਕਿ ਸਾਰੇ ਜਿਹਨਾਂ ਨੂੰ ਮੈਂ ਹੈਲਪ ਮੰਗੀ, ਅਤੇ ਉਦੋਂ ਬਾਅਦ ਸਾਰੀ ਗੱਲਬਾਤ ਹੋਈ, ਬੜੀ ਖੁਸ਼ੀ ਹੋਈ ਸਾਨੂੰ ਵੀ ਸਾਡਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈਗਾ। ਅਤੇ ਜਦੋਂ ਪੋਸਟਰ ਰਿਲੀਜ਼ ਹੋਇਆ ਸਭ ਕੁਛ ਵਧੀਆ, ਸਭ ਓਕੇ। ਫਿਰ ਜੋ ਇੱਕ ਸਾਲ ਮੈਂ ਪਹਿਲਾਂ ਸੀਗਾ, ਜਿਵੇਂ ਇੱਕ ਸਾਲ ਮੈਨੂੰ ਪਹਿਲਾਂ ਮੈਸੇਜ ਆਉਂਦੇ ਸੀ ਵੀ ਬਾਈ ਹਾਂ ਐਂ ਕਰਕੇ, ਕਾਫੀ ਹੋ ਜਾਂਦਾ ਬੰਦੇ ਨੂੰ ਵੀ ਯਾਰ ਹਾਂ ਹੈਗਾ, ਤਾਂ ਮੇਰੇ ਇੱਕ ਦੋ ਥਾਵਾਂ 'ਤੇ ਸ਼ੋਅ ਵੀ ਸੀਗੇ। ਉਸ ਤੋਂ ਬਾਅਦ ਜਦੋਂ ਪੋਸਟਰ ਰਿਲੀਜ਼ ਹੋਇਆ ਤਾਂ ਉੱਥੇ ਵੀ ਸਾਨੂੰ ਵਧੀਆ, ਮਤਲਬ ਕਿ ਮੈਨੂੰ ਹਾਈ ਜਿੱਦਾਂ ਕਹਿੰਦੇ ਹੁੰਦੇ ਨਾ, ਹਾਂਜੀ ਹਾਂਜੀ ਉਹ ਚੀਜ਼ ਮਤਲਬ ਕਿ ਵਧੀਆ ਲੋਕਾਂ ਤੋਂ ਮਿਲਿਆ ਮੈਨੂੰ। ਤਾਂ ਉਹ ਸਿਰਫ ਉਹ ਇਸੇ ਕਰਕੇ ਸੀਗਾ ਵੀ ਬਾਈ ਨਾਲ ਗਾਣਾ ਆ ਰਿਹਾ, ਕਿਉਂਕਿ ਕਰਨ ਔਜਲੇ ਦਾ ਨਾਮ ਨਾਮੀ ਸਿੰਗਰ ਸੀਗਾ। ਉੱਤੋਂ ਜਦੋਂ ਅਸੀਂ ਗਾਣਾ ਪਲੇ ਕਰਦੇ ਸੀ ਪਿੱਛੇ, ਤਾਂ ਗਾਣਾ ਬਹੁਤ ਹੀ ਵਧੀਆ ਸੀਗਾ, ਲੋਕਾਂ ਨੇ ਬਹੁਤ ਪਸੰਦ ਕੀਤਾ, ਕਰਨ ਨੂੰ ਬਾਈ ਨੂੰ ਆਪ ਨੂੰ ਖੁਦ ਨੂੰ ਬਹੁਤ ਗਾਣਾ ਪਸੰਦ ਸੀ, ਸਾਰਾ ਕੁਛ ਹੋ ਗਿਆ। ਹਾਂਜੀ ਇਹ ਮਿਰਜ਼ੇ ਬਾਈ ਨੇ ਹੀ ਲਿਖੇ, ਮੇਰੇ ਸਾਰੇ ਗਾਣੇ ਉਹੀ ਲਿਖਦੇ ਆ, ਅਤੇ ਇਹਦਾ ਸਾਰਾ ਕੁਛ ਹੋ ਚੁੱਕਿਆ ਸੀ, ਸਭ ਕਿਤੇ ਗੱਲ ਫੈਲ ਗਈ, ਸਾਰਾ ਕੁਛ ਹੋ ਗਿਆ ਜੀ। ਫਿਰ ਅਚਾਨਕ ਮੈਂ ਬਾਈ ਉਹਨਾਂ ਨੂੰ ਇੱਕ ਦਿਨ ਖੁਸ਼ੀ ਖੁਸ਼ੀ ਫੋਨ ਕੀਤਾ, ਇੱਕ ਦਿਨ ਪਹਿਲਾਂ ਵੋਟਾਂ ਤੋਂ, ਇੱਕ ਦਿਨ ਪਹਿਲਾਂ ਸ਼ਾਇਦ 19 ਮਈ 18 19 ਮਈ, ਅੱਛਾ ਇੱਥੇ ਨੇੜੇ ਤੇੜੇ ਸੀ। ਮੈਂ ਬਾਈ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਬਾਈ ਹਾਂਜੀ, ਮੈਂ ਕਿਹਾ ਬਾਈ ਵੀ ਯਾਰ ਆਪਣਾ ਰੈਪ ਕਦੋਂ ਕੁ ਕਰ ਦੋਗੇ? ਮੈਨੂੰ ਬਾਈ ਉਹਨਾਂ ਨੇ ਵੀਡੀਓ ਭੇਜੀ, ਮੈਨੂੰ ਕਹਿੰਦੇ ਮਣੀ ਆਹਦੇ ਸਟੂਡੀਓ ਬੈਠੇ ਹਾਂ, ਤੇਰਾ ਗਾਣਾ ਕਰ ਰਹੇ ਹਾਂ। ਦੋ ਦਿਨ ਆਗੇ ਇੱਕ ਮੁੰਡਾ ਸੀ ਜਿਹਨਾਂ ਨੂੰ ਅਸੀਂ ਨਾ ਜਿਹਨਾਂ ਦੇ ਥਰੂ ਮਿਲੇ ਸੀਗੇ ਅਸੀਂ ਦੁਬਾਰਾ ਬਾਈ ਉਹਨਾਂ ਨੂੰ, ਉਹਨਾਂ ਨੂੰ ਉਹਨਾਂ ਦੀ ਮਤਲਬ ਕਿ ਕਾਫੀ ਸੀਗੀ ਬੋਂਡਿੰਗ, ਕਿਉਂਕਿ ਮੈਰੀ ਘੱਟ ਸੀਗੀ ਉਹਨਾਂ ਦੀ ਜ਼ਿਆਦਾ ਸੀਗੀ ਬਾਈ ਉਹਨਾਂ ਨਾਲ। ਤਾਂ ਮੈਂ ਉਹਨਾਂ ਨੂੰ ਇੱਕ ਦੋ ਦਿਨ ਪਹਿਲਾਂ ਵੀ ਫੋਨ ਕੀਤਾ ਸੀਗਾ, ਮੈਂ ਯਾਰ ਬਾਈ ਵੀ ਹੁਣ ਪੋਸਟਰ ਲਾਂਚ ਹੋ ਗਿਆ ਵੀ ਤੁਸੀਂ ਮਾੜਾ ਜਿਹਾ ਫੋਨ ਕਰਕੇ ਕਹਿ ਦਿਓ ਵੀ ਬਾਈ ਕਰਨ ਬਾਈ ਤੋਂ ਪੋਸਟਰ ਪਵਾ ਦਿਓ ਵੀ ਹੁਣ ਕਾਫੀ ਹੋ ਗਿਆ ਗਾ, ਚਾਰੇ ਪਾਸੇ ਪੋਸਟਰ ਫੈਲ ਚੁੱਕਾ ਹੈ। ਤਾਂ ਬਾਈ ਹੁਣੀ ਕਹਿੰਦੇ ਚਲੋ ਮੈਂ ਕਰ ਦਿੰਦਾ ਫੋਨ, ਬਾਈ ਉਹਨਾਂ ਨੇ ਫੋਨ ਕੀਤਾ ਅਤੇ ਬਾਈ ਉਹਨਾਂ ਨੂੰ ਕਹਿੰਦੇ ਵੀ ਆਪਾਂ ਦੋ ਦਿਨਾਂ 'ਚ ਕਰ ਦਿੰਦੇ ਹਾਂ, ਉਹੀ ਗੱਲ ਮਤਲਬ ਜੋ ਮੈਨੂੰ ਗਈ ਉਹੀ ਬਾਈ ਨੂੰ, ਜੋ ਉਹਨਾਂ ਦੇ ਸੀ ਜਾਣਦੇ ਸੀ ਉਹਨਾਂ ਨੂੰ ਗਈ। ਉਹ ਕਹਿੰਦੇ ਉਹਨਾਂ ਦਾ ਮੈਨੂੰ ਕਾਲ ਆਈ, ਮੈਨੂੰ ਕਹਿੰਦੇ ਮਣੀ ਵੀ ਦੋ ਦਿਨ ਤੱਕ ਹੋ ਜੂ, ਮੈਂ ਕਿਹਾ ਠੀਕ ਹੈ ਵੀਰੇ ਵੀ ਓਕੇ। ਅਤੇ ਫਿਰ ਮੈਂ ਵੋਟਾਂ ਵਾਲੇ ਦਿਨ ਜਦੋਂ ਸਾਰੀ ਗੱਲਬਾਤ ਹੋ ਗਈ, ਬਾਈ ਉਹਨਾਂ ਦਾ ਮੈਨੂੰ ਫੋਨ ਆ ਗਿਆ ਅਤੇ ਮੈਂ ਉੱਧਰ ਸਾਰਿਆਂ ਨਾਲ ਗੱਲਬਾਤ ਕਰ ਲਈ ਵੀ ਹਾਂ ਹੁਣ ਸਾਡਾ ਰੈਪ ਹੋ ਰਿਹਾ ਹੈਗਾ। ਉੱਧਰੋਂ ਕਿਤੇ ਬਾਈ ਉਹਨਾਂ ਨੇ ਦਾਰੂ ਪੀਤੀ 'ਚ ਉੱਧਰ ਬਾਈ ਉਹਨਾਂ ਨੂੰ ਕਾਲ ਕਰਤੀ, ਉਹਨਾਂ ਨੇ ਮੈਨੂੰ ਕਾਲ ਕਰੀ ਸੀ ਵੋਟਾਂ ਤੋਂ ਇੱਕ ਦਿਨ ਪਹਿਲਾਂ, ਮੈਨੂੰ ਕਹਿੰਦੇ ਮਣੀ ਕੀ ਬਣ ਰਿਹਾ? ਮੈਂ ਕਿਹਾ ਬਾਈ ਵੀ ਹਜੇ ਬਾਈ ਉਹਨਾਂ ਨੇ ਤਿੰਨ ਚਾਰ ਦੋ ਦਿਨ ਆਖਿਆ ਅਤੇ ਵੀ ਆਪਾਂ ਕਰ ਦਿੰਦੇ ਹਾਂ ਤੇਰਾ। ਮੈਂ ਕਿਹਾ ਬਾਈ ਠੀਕ ਆ। ਉੱਧਰ ਬਾਈ ਉਹਨਾਂ ਦੀ ਕਾਲ ਆਈ ਜਿਹੜੇ ਜਾਣਦੇ ਸੀਗੇ ਸਾਨੂੰ, ਜਿਹਨਾਂ ਨੇ ਗੱਲਬਾਤ ਕਰਾਈ ਸੀ, ਤਾਂ ਉਹ ਕਹਿੰਦਾ ਚੱਲ ਮੈਂ ਕਰ ਦਾਂਗਾ। ਮੈਂ ਕਿਹਾ ਬਾਈ ਠੀਕ ਹੈ ਤੁਸੀਂ ਕਰ ਲਓ। ਮੈਂ ਨਹੀਂ, ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ, ਇਹ ਸਿਰਫ ਜਿਹੜੇ ਅਸੀਂ ਚਾਰ ਬੰਦੇ ਇਕੱਠੇ ਰਹਿੰਦੇ ਹਾਂ ਸਿਰਫ ਸਾਨੂੰ ਹੀ ਪਤਾ। ਨਹੀਂ ਤੁਸੀਂ ਕਹਿੰਦੇ ਜਿੱਦਾਂ ਪੋਸਟਰ ਰਿਲੀਜ਼ ਹੋ ਗਿਆ, ਮਤਲਬ ਗਾਣੇ ਦੀ, ਹਾਂ ਉਹ ਚੀਜ਼ ਤਾਂ ਜਦੋਂ ਪੋਸਟਰ ਰਿਲੀਜ਼ ਹੁੰਦਾ ਉਹਦਾ ਆਫਕੋਰਸ ਸਾਰਿਆਂ ਨੂੰ ਪਤਾ, ਫੈਮਿਲੀ ਕੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਜੀ। ਤਾਂ ਹਾਲਾਤ ਦਾ ਨਹੀਂ ਪਤਾ, ਹਾਲਾਤ ਦਾ ਨਹੀਂ ਪਤਾ ਜੀ। ਹਾਂਜੀ 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 ਉਹ ਚੀਜ਼ ਕਿਸੇ ਨੂੰ ਵੀ ਨਹੀਂ ਸੀ ਪਤਾ ਜੀ। ਅਤੇ ਸਾਰਾ ਕੁਛ ਹੋ ਕੇ ਅਤੇ ਬਾਈ ਦਾ ਉਹਨਾਂ ਦਾ ਕਾਲ ਗਈ ਉਹਨਾਂ ਨੂੰ, ਮੈਨੂੰ ਰਿਹਾਨ ਦੀ ਬਾਈ ਦੀ ਕਾਲ ਆਈ ਰਾਤ ਨੂੰ, ਆਈ ਥਿੰਕ 9 ਵਜੇ ਦਾ ਟਾਈਮ ਸੀ। ਮੈਨੂੰ ਬਾਈ ਦੀ ਕਾਲ ਆਈ, ਮੈਨੂੰ ਕਹਿੰਦੇ ਮਣੀ ਵੀ ਸੋਰੀ ਯਾਰ ਆਪਾਂ ਤੇਰਾ ਗਾਣਾ ਨਹੀਂ ਕਰ ਸਕੇ, ਵੀ ਕਰਨ ਬਾਈ ਦਾ ਗਲਾ ਖਰਾਬ ਸੀ ਅਤੇ ਦੀਪ ਬਾਈ ਸੁੱਤਾ ਹੋਇਆ ਹੈਗਾ, ਥੋੜ੍ਹੇ ਟਾਈਮ ਤੱਕ ਬਾਈ ਨਹੀਂ ਆਉਂਦੇ ਤਾਂ ਆਪਾਂ ਤੇਰਾ ਗਾਣਾ ਕਰਕੇ ਭੇਜ ਦਿੰਦੇ। ਮੈਂ ਠੀਕ ਆ, ਜਦੋਂ ਆਪਣੇ ਆਪ ਕਾਲ ਆ ਗਈ, ਪਹਿਲਾਂ ਮੈਂ ਲਾਉਂਦਾ ਸੀ ਉਦੋਂ ਬਾਈ ਦੀ ਕਾਲ ਆ ਗਈ, ਹਾਂਜੀ, ਤਾਂ ਮੈਂ ਫਿਰ ਖੁਸ਼, ਮੈਂ ਕਿਹਾ ਵੀ ਚਲੋ ਫਿਰ ਇੱਕ ਉਮੀਦ ਜਾ ਗਈ। ਤਾਂ ਮੈਂ ਆ ਕੇ ਬਾਈ ਨੂੰ ਆਖਿਆ, ਮੈਂ ਕਿਹਾ ਬਾਈ ਵੀ ਬਾਈ ਉਹਨਾਂ ਦਾ ਕਾਲ ਆਈ ਆ ਵੀ ਤੁਸੀਂ ਵੀ ਗੱਲ ਕਰ ਲਓ। ਮੈਂ ਮਿਰਜ਼ੇ ਬਾਈ ਦੀ ਵੀ ਗੱਲ ਕਰਾਈ ਸੀ ਉਦੋਂ ਬਾਈ ਉਹਨਾਂ ਨਾਲ, ਅਤੇ ਵੀ ਸਾਡੇ ਪ੍ਰੋਡਿਊਸਰ ਥੋੜ੍ਹਾ ਤੰਗ ਮਤਲਬ ਕਿ ਕਹਿ ਰਿਹਾ ਵੀ ਯਾਰ ਜੇ ਨਹੀਂ ਹੋ ਰਿਹਾ ਤਾਂ ਵੀ ਆਪਾਂ ਜਿੱਦਾਂ ਸਾਨੂੰ ਐਂ ਸੀ ਵੀ ਦੂਜੀ ਕੰਪਨੀ ਬਣਾ ਭਾਜੇ। ਹਾਂਜੀ 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 ਤਾਂ ਫਿਰ ਉਹ ਬਾਈ ਉਹਨਾਂ ਨਾਲ
ਮੈਨੂੰ ਕਹਿੰਦੇ ਮਣੀ ਕੀ ਹਾਲ ਚਾਲ, ਮੈਂ ਕਿਹਾ ਬਾਈ ਹੁਣੇ ਤਾਂ ਗੱਲ ਹੋਈ ਸੀ ਆਪਣੀ ਵੀ ਬਹੁਤ ਵਧੀਆ, ਕਹਿੰਦੇ ਯਾਰ ਸੋਰੀ ਆਪਾਂ ਤੇਰਾ ਗਾਣਾ ਨਹੀਂ ਕਰ ਸਕਦੇ। ਮੈਂ ਮਤਲਬ ਕਿ ਇੱਕਦਮ ਸ਼ੌਕ ਮੇਰੇ ਜਿੱਦਾਂ ਜ਼ਮੀਨ ਨਿਕਲ ਗਈ ਪੈਰਾਂ ਚੋਂ, ਮੈਨੂੰ ਕੋਈ ਸਮਝ ਨਹੀਂ ਆ ਰਿਹਾ ਵੀ ਮੈਂ ਕੀ ਕਹਾਂ ਅਤੇ ਕੀ ਨਾ ਕਰਾਂ। ਮੈਂ ਡਰਦੇ ਡਰਦੇ ਮਤਲਬ ਕਿ ਪੁੱਛਿਆ ਬਾਈ ਨੂੰ, ਬਾਈ ਵੀ ਕੀ ਗੱਲ ਹੋ ਗਈ? ਅਤੇ ਬਾਈ ਕਹਿੰਦਾ ਬਾਈ ਮਤਲਬ ਕਿ ਗਾਲਾਂ 'ਚ ਸ਼ੁਰੂ ਹੋ ਗਏ ਉਹ ਮੁੰਡੇ ਨੂੰ ਜਿਨ੍ਹਾਂ ਨੇ ਗੱਲ ਕੀਤੀ ਸੀ। ਹਾਂਜੀ ਗਾਬੀ ਉਹਦੀ ਹਿੰਮਤ ਹੈ ਕਿ ਮੈਂ ਫਲਾਨਾ ਢਿਮਕਾ ਜੋ ਵੀ ਮਤਲਬ ਕਿ ਗਾਲਾਂ ਗੁਲਾਂ ਕੱਢੀਆਂ ਬਾਈ ਨੇ ਵੀ ਉਹਦੇ ਕਰਕੇ ਹੁਣ ਤੈਨੂੰ ਐਂ ਭੁਗਤਣਾ ਪਊਗਾ, ਤੇਰਾ ਗਾਣਾ ਅਸੀਂ ਨਹੀਂ ਕਰਦੇ। ਮੈਂ ਉਹੀ ਚੀਜ਼ ਮੈਂ ਬਾਈ ਉਹਨਾਂ ਨੂੰ ਉਹੀ ਚੀਜ਼ ਆਖੀ, ਮੈਂ ਕਿਹਾ ਬਾਈ ਵੀ ਤੁਸੀਂ ਪਹਿਲਾਂ ਵੀ ਇੱਕ ਗੱਲਬਾਤ ਹੋਈ, ਚਲੋ ਉਹ ਬਾਈ ਵਿੱਚ ਸੀ ਠੀਕ ਹੈ ਜੀ, ਮੈਂ ਵਿੱਚ ਵਿਚਾਲੇ ਫਸ ਗਿਆ, ਤੁਸੀਂ ਤੁਹਾਡੀ ਉਹਨਾਂ ਨਾਲ ਅਣਬਣ ਹੋਈ, ਮੈਂ ਫਿਰ ਵਿੱਚੋਂ ਨਿਕਲ ਗਿਆ, ਇੱਧਰ ਤੁਹਾਡੀ ਅਣਬਣ ਹੋਈ, ਮੈਂ ਫਿਰ ਵਿੱਚ ਫਸ ਗਿਆ। ਮੈਂ ਕਿਹਾ ਜੀ ਮੇਰਾ ਤਾਂ ਇੰਨਾ ਕਸੂਰ। ਹਾਂਜੀ ਸਹੀ ਹੈ ਜੀ। ਅਤੇ ਉਹ ਫਿਰ ਸਾਰੀ ਗੱਲਬਾਤ ਹੋਈ, ਬਾਈ ਕਹਿੰਦੇ ਜੀ ਮੈਂ ਹੁਣ ਬਹੁਤ ਗੁੱਸੇ 'ਚ ਮਣੀ ਵੀ ਦੇਖ ਮੈਂ ਨਹੀਂ ਤੈਨੂੰ ਬੋਲਣਾ ਚਾਹੁੰਦਾ ਕੁਛ ਪੁੱਟਾ, ਕਿਉਂਕਿ ਮੇਰੇ ਨਾਲ ਬਾਈ ਉਹਨਾਂ ਦਾ ਮਤਲਬ ਕਿ ਵਧੀਆ ਹੈਗਾ, ਮੈਂ ਤੁਹਾਨੂੰ ਕਹਿ ਦਈਏ ਵੀ ਆਪਾਂ ਉਹਨਾਂ ਦੀ ਬੁਰਾਈ ਵੀ ਨਹੀਂ ਕਰਦੇ, ਉਹ ਵਧੀਆ ਗੇ ਆਪਣੇ ਨਾਲ ਹਜੇ ਵੀ ਵਧੀਆ ਗੇ। ਅਤੇ ਉਹਨਾਂ ਨੇ ਮੈਨੂੰ ਆਖਿਆ ਵੀ ਮਣੀ ਮੈਂ ਤੇਰੇ ਨਾਲ ਨਹੀਂ ਕੁਛ ਬੁਰਾ ਕਰਨਾ, ਵੀ ਆਪਾਂ ਸਵੇਰੇ ਗੱਲ ਕਰਦੇ ਹਾਂ, ਵੀ ਹੁਣ ਮੈਂ ਗੁੱਸੇ 'ਚ ਮੈਂ ਤੈਨੂੰ ਵੀ ਕੁਛ ਬੋਲ ਦੂੰਗਾ। ਮੈਂ ਕਿਹਾ ਠੀਕ ਹੈ ਬਾਈ, ਮੈਂ ਇੰਨੀ ਗੱਲ ਕਹਿ ਕੇ ਫੋਨ ਕੱਟਤਾ ਜੀ। ਅਤੇ ਬਾਈ ਉਹਨਾਂ ਨੂੰ ਮੈਂ ਸਵੇਰੇ ਅਗਲੇ ਦਿਨ ਸ਼ਾਮ ਨੂੰ ਕਾਲ ਕੀਤੀ, ਤਾਂ ਬਾਈ ਹੁਣੀ ਮੈਨੂੰ ਕਹਿੰਦੇ ਵੀ ਹਾਂ ਮਣੀ ਕਿਵੇਂ ਆ? ਮੈਂ ਕਿਹਾ ਵਧੀਆ ਬਾਈ। ਮੈਂ ਕਿਹਾ ਬਾਈ ਤੁਸੀਂ ਕੁਛ ਸੋਚਿਆ ਜੀ? ਬਾਈ ਮੈਂ ਮਤਲਬ ਕਿ ਪੂਰਾ ਮੇਰਾ ਇਸ ਵਕਤ ਟੁੱਟੇ ਸਰੀਰ, ਤਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ, ਮੈਂ ਕੁਝ ਖਾਧਾ ਪੀਤਾ ਨਹੀਂ, ਮਤਲਬ ਕਿ ਮੈਨੂੰ ਪੂਰਾ ਤੁਸੀਂ। ਮੈਂ ਉਸ ਰਾਤ ਇੱਕ ਦਿਨ ਪਹਿਲਾਂ ਸਾਡਾ ਸ਼ੂਟ ਸੀਗਾ ਕਿਸੇ ਦਾ ਜੋ ਕਿ ਅਸੀਂ ਕਰਦੇ ਸੀਗੇ ਉਸ ਦਿਨ, ਉਦੋਂ ਅਗਲੇ ਦਿਨ ਬਾਈ ਉਹਨਾਂ ਨਾਲ ਇਹ ਗੱਲਬਾਤ ਹੋ ਗਈ। ਉਹ ਦਿਨ ਮੈਂ ਮਤਲਬ ਕਿ ਦੋ ਦਿਨ ਲਗਾਤਾਰ ਨਹੀਂ ਸੁੱਤਾ, ਅਤੇ ਉਦੋਂ ਮੈਂ ਕੁਛ ਖਾਧਾ ਪੀਤਾ ਵੀ ਨਹੀਂ। ਉਦੋਂ ਅਗਲੇ ਦਿਨ ਰਾਤ ਨੂੰ ਜਾ ਕੇ ਜਦ ਮੇਰੀ ਬਾਈ ਨਾਲ ਗੱਲ ਹੋਈ ਤਾਂ ਮੈਨੂੰ, ਮੈਂ ਬਾਈ ਦੀਆਂ ਬਹੁਤ ਮਿੰਨਤਾਂ ਕੀਤੀਆਂ, ਮੈਂ ਕਿਹਾ ਵੀਰੇ ਯਾਰ ਵੀ ਪਲੀਜ਼ ਯਾਰ ਮੇਰੀ ਜ਼ਿੰਦਗੀ ਦਾ ਸਵਾਲ ਆ, ਮੇਰੀ ਮੈਂ ਮੇਰੇ ਕੋਲ ਮਰਨ ਤੋਂ ਬਿਨਾਂ ਕੋਈ ਹੋਰ ਇਹ ਨਹੀਂ ਕਰਦਾ ਵੀ ਮੇਰੀ ਸਾਰੇ ਪਾਸੇ ਇੱਜ਼ਤ ਦਾ ਸਵਾਲ, ਕਿਉਂਕਿ 8-9 ਮਹੀਨੇ ਦਾ ਗੈਪ ਬਹੁਤ ਵੱਡਾ। ਹਾਂਜੀ ਹਾਂਜੀ ਹਾਂਜੀ। ਤਾਂ ਬਾਈ ਬੰਦਾ ਕੋਈ ਹੋਰ ਗਾਣਾ, ਤੁਸੀਂ ਕੋਈ ਹੋਰ ਗਾਣਾ ਵੀ ਨਹੀਂ ਕੀਤਾ? 5 ਘੰਟੇ ਮੈਂ 5 ਘੰਟੇ ਰੈਡੀ ਪਏ ਸੀ ਉਮੀਦ ਤੇ, ਮਤਲਬ ਵੀ ਹਾਂ ਕਰਨ ਜੀ ਨਾਲ ਤੁਹਾਡਾ ਗਾਣਾ ਹੈ। ਹਾਂਜੀ ਹਾਂਜੀ ਬੈਠੇ ਉਹ ਸੀ ਤੇ ਅਸੀਂ ਰਹਿ ਵੀ ਸਾਡੇ ਚਲੋ ਬਾਈ ਨਾਲ ਗਾਣਾ ਹੋਊਗਾ, ਉਸ ਤੋਂ ਬਾਅਦ ਇੱਕ ਬੈਕ ਟੂ ਬੈਕ ਸਾਰੇ ਗਾਣੇ ਕਰ ਦਾਂਗੇ। ਤਾਂ ਉਹ ਫਿਰ ਇੰਨਾ ਕੁ ਮੈਂ ਬਾਈ ਉਹਨਾਂ ਨੂੰ ਆਖਿਆ, ਮੈਂ ਕਿਹਾ ਬਾਈ ਵੀ ਮੈਂ ਮੇਰੇ ਕੋਲੇ ਮਰਨ ਤੋਂ ਬਿਨਾਂ ਕੋਈ ਗੱਲ ਨਹੀਂ। ਤਾਂ ਮੈਂ ਬਾਈ ਹੁਣੀ ਕਹਿੰਦੇ ਵੀ ਯਾਰ ਉਹ ਅਸੀਂ ਕੁਛ ਨਹੀਂ ਕਰ ਸਕਦੇ ਵੀ। ਫਿਰ ਬਾਈ ਉਹਨਾਂ ਨੇ ਇੰਨੀ ਗੱਲ ਕਹਿ ਕੇ ਫੋਨ ਕੱਟਤਾ। ਫਿਰ ਮੈਂ ਮੇਰੇ ਕੋਲ ਮਤਲਬ ਕਿ ਮਿਰਜ਼ਾ ਬਾਈ ਆ ਗਏ, ਮੈਂ ਕੋਠੇ ਉੱਪਰ ਖੜ੍ਹਾ ਗੱਲ ਕਰ ਰਿਹਾ ਸੀ ਬਾਈ ਉਹਨਾਂ ਨੂੰ, ਮੈਂ ਫੋਨ ਕੱਟਿਆ ਅਤੇ ਮੈਂ ਬਾਈ ਦੀ ਗੱਲ ਲੱਗ ਕੇ ਮਤਲਬ ਕਿ ਰੋ ਪਿਆ ਮੈਂ ਪੂਰਾ ਜ਼ਿਆਦਾ ਵੀ ਬਾਈ ਯਾਰ ਹੁਣ ਮੇਰੀ, ਮੈਂ ਕਿਹਾ ਮੇਰਾ ਕੀ ਬਣੂਗਾ ਯਾਰ, ਮੇਰੀ ਚਾਰੇ ਪਾਸੇ ਮਤਲਬ ਕਿ ਬੇਇੱਜ਼ਤੀ ਹੋ ਗਈ ਵੀ ਉਹ ਆਹ ਚੀਜ਼ ਹੋ ਗਈ। ਤਾਂ ਮਿਰਜ਼ਾ ਬਾਈ ਕਹਿੰਦੇ ਵੀ ਚੱਲ ਕੋਈ ਨਾ ਯਾਰ ਵੀ ਹੌਂਸਲਾ ਰੱਖ ਵੀ ਐਡਾ ਕਿਆ ਗੱਲਬਾਤ ਆ। ਮੈਂ ਬਾਈ ਕਦੇ ਛੇਤੀ ਛੇਤੀ ਰੋਂਦਾ ਨਹੀਂ ਯਾਰ, ਮੈਂ ਤੁਹਾਨੂੰ ਕਹਿੰਦਾ ਕਾਫੀ ਚੀਜ਼ਾਂ 'ਤੇ ਹੋਇਆ ਗਾ ਸਾਡੇ, ਮਤਲਬ ਕਿ ਅਗਰ ਆਪਾਂ ਕਿਸੇ ਦੀ ਡੈਥ ਵੀ ਹੋ ਜਾਂਦੀ ਆ ਤਾਂ ਉੱਥੇ ਵੀ ਜਾਂਦੇ ਹਾਂ, ਬੰਦਾ ਆਮ ਤੌਰ 'ਤੇ ਰੋ ਪੈਂਦਾ। ਮੇਰਾ ਉੱਧਰ ਵੀ ਦੇਖ ਕੇ ਨਾ ਮਤਲਬ ਕਿ ਰੋਣ ਨਹੀਂ ਹੁੰਦਾ ਕਦੇ, ਮੈਂ ਰੋਣ ਬਹੁਤ ਘੱਟ ਰੋਣਾ ਗਾ ਮੈਂ, ਜੇ ਕੋਈ ਜ਼ਿਆਦਾ ਹੋ ਗਿਆ ਤਾਂ ਫਿਰ ਗੱਲਬਾਤ ਹੋ ਜਾਂਦੀ ਆ ਟੁੱਟ ਗਏ ਜਮਾਂ ਹੀ। ਮਤਲਬ ਕਿ ਮੈਨੂੰ ਐਂ ਸੀ ਵੀ ਯਾਰ ਬਸ ਹੁਣ ਮੈਂ ਇੱਥੇ ਖਤਮ ਹੀ ਹੋ ਜਾਵਾਂ। ਹਾਂਜੀ ਹਾਂਜੀ। ਤਾਂ ਫਿਰ ਮੈਂ ਬਾਈ ਹੁਣੀ ਮੈਨੂੰ ਥੱਲੇ ਲੈ ਗਿਆ, ਮੈਂ ਫਿਰ ਮਤਲਬ ਕਿ ਅੱਧੀ ਕੁ ਰਾਤ ਨੂੰ ਮੈਂ ਬਾਈ ਕੋਠੇ 'ਤੇ ਗਿਆ, ਮੈਂ ਸੋਚੀ ਗਿਆ ਅੱਖਾਂ ਮੇਰੀਆਂ ਲਾਲ ਬਿਲਕੁਲ, ਮੈਂ ਸੋਚੀ ਗਿਆ। ਹਾਂਜੀ ਮੈਂ ਬਾਈ ਨੂੰ ਮੈਸੇਜ ਕੀਤਾ, ਮੈਂ ਕਿਹਾ ਬਾਈ ਵੀ ਦੇਖ ਮਿਰਜ਼ਾ ਬਾਈ ਨੂੰ, ਮੈਂ ਕਿਹਾ ਯਾਰ ਵੀ ਮੇਰੇ ਕੋਲ ਹੋਰ ਕੋਈ ਰਾਹ ਨਹੀਂ ਹੈਗਾ, ਮੈਂ ਮਰਨ ਲੱਗਿਆ ਹੈਗਾ, ਤਾਂ ਜੋ ਕੁਛ ਵੀ ਹੁੰਦਾ ਜਿਵੇਂ ਵੀ ਹੁੰਦਾ ਬਾਈ ਤੂੰ ਆਪਾਂ ਆਪਦਾ ਆਪੇ ਸੰਭਾਲ ਲਾ, ਮੇਰੇ ਜਿਹੜੇ ਗਾਣੇ ਆ ਜੋ ਵੀ ਆ ਲਿਰੀਕਲ ਕਰਨੇ ਆ ਜੋ ਵੀ ਕਰ ਵੀ ਤੂੰ ਆਪੇ ਕਰਕੇ ਜੋ ਕਰਨਾ ਕਰ ਲਾ, ਮੇਰੇ ਤੋਂ ਇਦੋਂ ਵੱਧ ਮਤਲਬ ਕਿ ਹੋਰ ਨਹੀਂ ਰਿਹਾ ਹੁੰਦਾ, ਮੈਂ ਮਰਨ ਲੱਗਾ। ਇੰਨੀ ਗੱਲ ਬਾਈ ਉਹਨਾਂ ਨੇ ਪੜ੍ਹੀ ਨਹੀਂ ਤਾਂ ਮੈਨੂੰ ਨਾਲ ਦੀ ਨਾਲ ਮਤਲਬ ਕਿ ਫੋਨ ਕਾਲਾਂ ਸਾਰਾ ਕੁਛ ਮੈਨੂੰ ਲੱਭਣ ਵਾਲਾ ਕੰਮ ਵੀ ਕਿੱਥੇ ਗਿਆ ਮੈਂ। ਉਦੋਂ ਅਸੀਂ ਬਰੂ ਮਾਸਟਰ ਗਏ ਸੀਗੇ ਉਦੋਂ ਨਾ ਵੀ ਵੈਸੇ ਕੋਈ ਸੀਗਾ ਕੰਮ ਉਹਨਾਂ ਨੂੰ ਬਾਈ ਹੁਣਾਂ ਨੂੰ, ਤਾਂ ਉਹਨਾਂ ਦੇ ਨਾਲ ਗਿਆ ਸੀ ਮੈਂ, ਤਾਂ ਬਾਈ ਹੁਣੀ ਥੱਲੇ ਆ ਗਏ ਸੀ ਤਾਂ ਮੈਂ ਉੱਪਰ ਹੀ ਸੀਗਾ ਉੱਥੇ, ਤਾਂ ਮੈਂ ਉੱਥੋਂ ਖੜ੍ਹੇ ਹੀ ਬਾਈ ਨੂੰ ਮੈਸੇਜ ਕੀਤਾ ਥੱਲੇ ਵੀ ਵੀਰੇ ਮੈਂ ਚੱਲਿਆਂਗਾ ਵੀ ਮੇਰੇ ਕੋਲ ਇਸ ਤੋਂ ਬਾਅਦ ਕੁਛ ਨਹੀਂ ਗਾ ਹੁਣ। ਤਾਂ ਬਾਈ ਉਹਨਾਂ ਨੇ ਮਤਲਬ ਕਿ ਉੱਥੇ ਮੈਨੂੰ ਇੱਕ ਮੁੰਡਾ ਜਾਣਦਾ ਸੀਗਾ ਜਿੱਥੇ ਅਸੀਂ ਗਏ ਸੀ, ਉਹਨੇ ਉਹ ਮੇਰੇ ਨਾਲ ਮਤਲਬ ਕਿ ਪਿੱਛੋਂ ਆ ਗਏ ਕਿਤੇ ਅਚਾਨਕ ਜਦੋਂ ਮੈਂ ਮੈਸੇਜ ਭੇਜਿਆ ਉਦੋਂ ਹੀ, ਅਤੇ ਉਹ ਮੇਰੇ ਨਾਲ ਆ ਕੇ ਗੱਲਾਂ ਬਾਤਾਂ ਕਰਨ ਲੱਗ ਗਏ ਬਾਈ ਹੋਰ ਕੀ ਹਾਲ ਤਾਂ, ਮਤਲਬ ਉਹਨਾਂ ਦੇ ਸਾਹਮਣੇ ਮੈਨੂੰ ਕਰਨਾ ਪਿਆ ਵੀ ਹਾਂ ਬਾਈ ਮੈਂ ਬਹੁਤ ਵਧੀਆ ਠੀਕ ਠਾਕ। ਉਦੋਂ ਨੂੰ ਕਿਤੇ ਬਾਈ ਹੁਣੀ ਉੱਪਰ ਆਏ ਫਟਾਫਟ, ਉਹਨਾਂ ਨੇ ਮੈਨੂੰ ਬਾਂਹ ਫੜੀ ਮੈਨੂੰ ਗੱਡੀ 'ਚ। ਤਾਂ ਸਭ ਕੁਛ ਸਮਝਾਇਆ ਮੈਨੂੰ ਲੈ ਕੇ ਆਏ, ਫਿਰ ਉਦੋਂ ਅਗਲੇ ਦਿਨ ਮਤਲਬ ਕਿ ਇੱਕ ਬੰਦਾ ਮੇਰੇ ਕੋਲ ਹੀ ਸੀ ਜਮਾਂ ਵੀ ਕਿਤੇ, ਫਿਰ ਵੀ ਬੰਦੇ ਦੇ ਦਿਮਾਗ 'ਚ ਕਦੇ ਆ ਜਾਂਦੀ ਹੈ ਕੰਮ ਵੀ ਨਹੀਂ ਛੱਡ ਸਕਦਾ ਬਿਲਕੁਲ ਜੀ, ਜਿੱਦਾਂ ਕਿ ਬੰਦੇ ਦੇ 4-5 ਟਰੈਕ ਤਿਆਰ ਹੋਣ ਤੇ ਬੰਦਾ ਇੱਕ ਉਮੀਦ ਤੇ ਵੀ ਕਰਨ ਜੀ ਨਾ ਮੇਰਾ ਗਾਣਾ ਆਏਗਾ। ਮੁੱਕਦੀ ਗੱਲ ਹੈ ਵੀ ਦੋ ਗਾਣੇ ਦੀ ਵੀਡੀਓਜ਼ ਵੀ ਤਿਆਰ ਕੀਤੀ, ਵੀਡੀਓਜ਼ ਵੀ ਤਿਆਰ ਸੀ, ਮਤਲਬ ਇੱਕ ਆਸ ਤੇ ਵੀ ਉਹਨਾਂ ਨਾਲ ਮੇਰਾ ਗਾਣਾ ਆਊਗਾ ਵੀ ਮਤਲਬ ਹਨਾ
ਜਜ਼ਬਾਤ ਢੇਰੀ ਢੇਰੀ ਹੋ ਗਏ, ਬੰਦਾ ਇੱਕਦਮ ਡਿਪਰੈਸ਼ਨ ਚ ਲੱਗੇ, ਇੱਥੋਂ ਤੱਕ ਕਿ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਵੀ ਕਰਨ ਵੀਰ ਜੀ ਸੁਣ ਰਹੇ ਆ, ਕਰਨ ਬਾਜੀ ਸੁਣ ਰਹੇ ਆ, ਸੋ ਮੈਂ ਤਾਂ ਰਿਕੁਐਸਟ ਕਰੂੰਗੀ ਵੀ ਭਾਜੀ ਹੋ ਸਕਦਾ ਤੁਹਾਡੇ ਕੋਈ ਪਰਸਨਲੀ ਮੈਟਰ ਹੋਵੇ, ਤੁਹਾਡਾ ਕੋਈ ਕਾਰਨ ਰਿਹਾ ਹੋਵੇ। ਦੇਖੋ ਮੈਂ ਤੁਹਾਡੀ ਖੁਦ ਦੀ ਖੁਦ ਤੁਹਾਡੀ ਫੈਨ ਹੈਗੀ ਆ ਜੀ, ਵਧੀਆ ਹੈ ਨਾ, ਮੈਂ ਤੁਹਾਨੂੰ ਮਾੜਾ ਨਹੀਂ ਕਰੀ, ਪਰ ਮੈਨੂੰ ਲੱਗਦਾ ਤੁਸੀਂ ਇਹਨਾਂ ਦੇ ਨਾਲ ਜਿਹੜਾ ਜਜ਼ਬਾਤਾਂ ਨਾਲ ਕਿਤੇ ਨਾ ਕਿਤੇ ਖੇਲ ਲੈ ਗਿਆ ਨਾ, ਜਜ਼ਬਾਤਾਂ ਦੇ ਨਾਲ ਕਰਨ ਨੂੰ ਜਿਹੜਾ ਜੇ ਸਹੀ ਆ ਤਾਂ ਉਹ ਇਸ ਚੀਜ਼ ਦਾ ਰਿਪਲਾਈ ਜ਼ਰੂਰ ਕਰਦੇ ਆ। ਹਾਂਜੀ, ਜਿੱਥੇ ਇਹਨਾਂ ਨੇ ਦੋ ਤਿੰਨ ਹੋਰ ਗਾਣੇ ਕੀਤੇ ਆ ਕੇ ਇੰਡੀਆ ਆ ਕੇ ਗਾਣੇ ਕੀਤੇ, ਇਹਨਾਂ ਨੂੰ ਵੀ ਟਾਈਮ ਦੇ ਸਕਦੇ, ਕਿਉਂਕਿ ਜੇਕਰ ਪੈਸੇ ਦੀ ਗੱਲ ਹੁੰਦੀ ਤਾਂ ਪੈਸੇ ਵੀ ਇਹਨਾਂ ਨੇ ਪੂਰੇ ਦਿੱਤੇ, ਜਿੰਨੀਆਂ ਨੇ ਡਿਮਾਂਡ ਕੀਤੀ ਉਹ ਸੁੱਕ ਗਿਆ ਇੱਕ ਦਿਨ ਦੇ ਵਿੱਚ, ਜਿੱਦਾਂ ਨੇ ਦੱਸਿਆ ਨਾ ਕਿੰਨੇ ਮਤਲਬ ਖੁਦ ਦੇ ਆਪਣੇ ਦਮ ਤੇ ਕਿੰਨੇ ਇਕੱਠੇ ਕਰਕੇ। ਬਿਲਕੁਲ, ਹੁਣ ਜਿਹੜੇ ਪੰਜ ਗਾਣੇ ਉਦੋਂ ਦੇ ਰੁਕੇ ਹੋਏ ਸੀ ਉਹ ਹੁਣ ਪੰਜ ਗਾਣੇ ਲਗਾਤਾਰ ਇਕੱਠੇ ਆ ਰਹੇ, ਜਿਨ੍ਹਾਂ 'ਚ ਦੋ ਅਫਸਾਨਾ ਨਾਲ ਆ, ਉਹਨਾਂ ਦੀ ਵੀ ਵੀਡੀਓ ਮਤਲਬ ਕਿ ਰੈਡੀ ਵਾਂਗੂ ਹੀ ਆ, ਬਸ ਉਹ ਵੀ ਆਉਣ ਵਾਲੇ ਆ। ਝਾਂਜਰ ਤੋਂ ਬਾਅਦ ਬੈਕ ਟੂ ਬੈਕ ਅਸੀਂ ਜਿਹੜੇ ਗਾਣੇ ਕਰਨੇ ਆ ਸਾਰੇ, ਅਤੇ ਉਹ ਪੰਜੇ ਗਾਣੇ ਰਿਮਕਾਰ ਦੇ ਵੀ ਬਿਨਾਂ ਰੈਪ ਤੋਂ ਅਫੀਸ਼ੀਅਲ ਵੀਡੀਓ ਕਰਾਂਗੇ, ਥੋੜ੍ਹੇ ਦਿਨਾਂ ਤੱਕ ਆਪਾਂ ਸਾਰੇ ਹੁਣ ਮਤਲਬ ਗਾਣੇ ਬੈਕ ਟੂ ਬੈਕ ਹੋ। ਵੈਰੀ ਗੁੱਡ, ਅਤੇ ਮੈਂ ਸਵਾਗਤੀ ਕਰੀ ਇਸ ਚੀਜ਼ ਦੀ ਫਿਰ। ਬਿਲਕੁਲ ਜੀ, ਸੋ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕਰਨੀ ਆ ਜੀ, ਮਨੀ ਸਿੰਘ ਜਿਹੜੇ ਗਾਣੇ ਆ ਰਹੇ ਆ ਜੀ। ਸਾਡੇ ਇਸ ਗਰਮਾ ਗਰਮ ਪ੍ਰੋਗਰਾਮ ਗਰਮ ਮੁੱਦਾਂ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ, ਮੈਨੂੰ ਅਮੀ ਗੁਰਾਇਆ ਨੂੰ, ਤੇ ਸਾਡੇ ਇੰਸਟਾਗ੍ਰਾਮ ਯੂਜ਼ਰ ਮਨੀ ਸੰਧੂ, ਜਿਵੇਂ ਵੀ ਤੁਸੀਂ ਇੰਟਰਵਿਊ ਸਾਰੀ ਦੇਖੀ ਹੋਣੀ ਬਹੁਤ ਵਧੀਆ ਲੱਗੀ, ਤੇ ਲਾਈਕ ਤੇ ਕਮੈਂਟ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ, ਤੇ ਹੁਣ ਦੋ ਇਜਾਜ਼ਤ ਤੇ ਸਤਿ ਸ਼੍ਰੀ ਅਕਾਲ।